ਦਾਸ ਭਗਵੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓਂਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਏਕ ਓਂਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆਂ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਅੰਤਰਜਾਮੀ ਸੁੱਖਾਂ ਦੇ ਸਾਗਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਇੱਜ਼ਤ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗਰੀਬ ਨਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਹੀ ਪਿਆਰ ਦੇ ਨਾਲ ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏ ਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਗਰੀਬ ਨਿਵਾਜ ਜੀ ਦੇ ਦਰਸ਼ਨ ਕਰ ਰਹੇ ਹੋ ਆਓ ਰਸਨਾ ਨੂੰ ਕਰੋ ਪਵਿੱਤਰ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੜੀਵਾਰ ਕਥਾ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਪ ਜੀ ਸਰਵਣ ਕਰ ਰਹੇ ਹੋ ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਿੱਧਾਂ ਦੇ ਕੋਲ ਪਹੁੰਚੇ ਹੈ ਔਰ ਕਈ ਸਿੱਧਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ 'ਤੇ ਸ਼ਰਧਾ ਧਾਰਨ ਕੀਤੀ ਹੈ ਅਤੇ ਕੁਝ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਹੰਕਾਰ ਹੀ ਧਾਰਨ ਕਰਕੇ ਬੈਠੇ ਹੋਏ ਹਨ ਜਿਨ੍ਹਾਂ ਦੇ ਅੰਦਰ ਹੰਕਾਰ ਸੀ ਜਿਨ੍ਹਾਂ ਨੇ ਸ਼ਰਧਾ ਨਹੀਂ ਧਾਰਨ ਕੀਤੀ ਉਹਨਾਂ ਦੇ ਬਾਰੇ ਪ੍ਰਸੰਗ ਕੱਲ੍ਹ ਆਪ ਜੀ ਨੇ ਸਰਵਣ ਕੀਤਾ ਆਪਣੀਆਂ ਗੋਦੜੀਆਂ ਆਪਣੀਆਂ ਸਾਧ ਸੰਗਤ ਜੀ ਉਹਨਾਂ ਨੇ ਬੈਰਾਗਣਾ ਠੂਠੇ ਸਭ ਕੁਝ ਹਵਾ 'ਚ ਉਡਾ ਦਿੱਤੇ ਆਪ ਵੀ ਹਵਾ ਵਿੱਚ ਉੱਡਣ ਲੱਗ ਪਏ ਜੀ ਅਤੇ ਕਈ ਪ੍ਰਕਾਰ ਦੇ ਚਿਹਰੇ ਬਣਾ ਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੂੰ ਡਰਾਉਣ ਲੱਗੇ ਮਨ ਵਿੱਚ ਉਹਨਾਂ ਸੋਚ ਲਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਤਾਂ ਡਰ ਗਏ ਨੇ ਜੀ ਅਤੇ ਇੱਕ ਤਾਂ ਉਹਨਾਂ ਨੂੰ ਆਪਣਾ ਉੱਪਰ ਹਵਾ 'ਚ ਉੱਡਣ ਦਾ ਹੰਕਾਰ ਸੀਗਾ ਹਾਂਜੀ ਅਤੇ ਦੂਜਾ ਉਹਨਾਂ ਨੂੰ ਇਹ ਹੰਕਾਰ ਸੀ ਵੀ ਮਹਾਰਾਜ ਨੂੰ ਸ਼ਾਇਦ ਅਸੀਂ ਡਰਾ ਦਿੱਤਾ ਹੈ ਬੰਦਾ ਕਈ ਵਾਰੀ ਆਪੇ ਹੀ ਸਾਧ ਸੰਗਤ ਜੀ ਜੱਜ ਬਣਿਆ ਹੁੰਦਾ ਹੈ ਅਤੇ ਆਪੇ ਬਣੇ ਜੱਜਾਂ ਨੂੰ ਪਤਾ ਪਿੰਡਾਂ 'ਚ ਕੀ ਕਹਿੰਦੇ ਹੈ ਕੜੰਮ ਚੌਧਰੀ ਕਹਿੰਦੇ ਕੜੰਮ ਚੌਧਰੀ ਹੈ ਕੜੰਮ ਚੌਧਰੀ ਆਪੇ ਹੀ ਸਵਾਲ ਕਰੀ ਜਾਣੇ ਆਪੇ ਹੀ ਜਵਾਬ ਦੇਈ ਜਾਣੇ ਆਪੇ ਹੀ ਜੱਜ ਬਣੇ ਹੋਣਾ ਵੀ ਠੀਕ ਹੈ ਇਹਨੂੰ ਕਹਿੰਦੇ ਕੜੰਮ ਚੌਧਰੀ ਕੜੰਮ ਚੌਧਰੀ ਹੁੰਦਾ ਵੀ ਪੱਲੇ ਕੁਝ ਨਹੀਂ ਹੁੰਦਾ ਜੀ ਜਿਹੜੇ ਕੜੰਮ ਚੌਧਰੀ ਹੁੰਦੇ ਆ ਨਾ ਜੀ ਪੱਲੇ ਕੁਝ ਨਹੀਂ ਹੁੰਦਾ ਪਰ ਐਵੇਂ ਹੀ ਤਿੜੀ ਜਾਂਦੇ ਆ ਐਵੇਂ ਹੀ ਤਿੜੀ ਜਾਂਦੇ ਆ
ਸਿੱਧ ਐਵੇਂ ਹੀ ਤਿੜੀ ਗਏ ਜੀ ਸੱਚੇ ਪਾਤਸ਼ਾਹ ਅੱਗੇ, ਅਤੇ ਮਹਾਰਾਜ ਗਰੀਬ ਨਿਵਾਸ ਜੀ ਨੂੰ ਕਹਿਣ ਲੱਗੇ ਅਜੇ ਵੀ ਸਮਾਂ 'ਚ ਅਤੇ ਸਾਡੇ ਪੰਥ ਵਿੱਚ ਆ ਜਾਓ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਫਿਰ ਵੇਖਣਦੇ ਹੈ ਵੀ ਇਹ ਹੁਣ ਕੰਮ ਕੜਾ ਮਚੌਧਰੀ ਜਿਹੜੇ ਆ ਇਹ ਸੈੱਟ ਕਰਨੇ ਪੈਣੇ ਹੈ। ਮਹਾਰਾਜ ਕੋਲ ਹਰ ਚੀਜ਼ ਦਾ ਇਲਾਜ ਹੈਗਾ, ਸੱਚੇ ਪਾਤਸ਼ਾਹ ਜੀ ਦੇ ਕੋਲ ਹਰ ਚੀਜ਼ ਦਾ ਇਲਾਜ ਹੈ। ਅਤੇ ਸੱਚੇ ਪਾਤਸ਼ਾਹ ਗਰੀਬ ਨਿਵਾਸ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੀ ਕੌਂਸ ਖੜਾਵ ਨੂੰ ਹੁਕਮ ਕੀਤਾ ਇਹ ਜਿੰਨੇ ਉੱਡੇ ਫਿਰਦੇ ਸਾਰੇ ਥੱਲੇ ਲਾ। ਉਹ ਮਹਾਰਾਜ ਜੀ ਦੀ ਖੜਾਮ ਜਿਹੜੀ ਸੀ ਉਹ ਫਿਰ ਸਾਧ ਸੰਗਤ ਜੀ ਐਂ ਕੁੱਟ ਕੁੱਟ ਕੇ ਸਿੱਧੇ ਕਰ ਦਿੱਤੇ, ਸਾਰੇ ਸਿੱਧ ਸਿੱਧਾਂ ਨੂੰ ਸਿੱਧੇ ਕਰ ਦਿੱਤਾ ਮਹਾਰਾਜ ਜੀ ਦੀ ਖੜਾਮ ਨੇ ਜੀ। ਐਂ ਥੱਲੇ ਆ ਗਏ, ਨਿੰਮੋ ਝੂਣੇ ਹੋ ਕੇ ਬੈਠ ਗਏ। ਮੰਗਲ ਨਾਥ ਹੁਣੀ ਬੜੇ ਪ੍ਰਸੰਨ ਹੋਏ ਵੀ ਮਹਾਰਾਜ ਸੱਚੇ ਪਾਤਸ਼ਾਹ ਪੂਰਨ ਨੇ ਪੂਰਨ। ਅਤੇ ਫਿਰ ਤੁਸੀਂ ਕੱਲ੍ਹ ਖਿੰਥੜ ਸਿੱਧ ਦਾ ਪ੍ਰਸੰਗ ਸੁਣਿਆ ਸੀ। ਖਿੰਥੜ ਸਿੱਧ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ, ਕਹਿੰਦਾ ਤੁਸੀਂ ਇੰਨੀ ਮੁਹਾਰਤ, ਇੰਨਾ ਵੱਡਾ ਬਲ, ਤਾਕਤ ਤੁਹਾਡੇ ਵਿੱਚ ਕਿੱਥੋਂ ਆਈ ਹੈ? ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਉਹਨਾਂ ਦੀ ਪ੍ਰਕਿਰਿਆ ਵਿੱਚ ਜਵਾਬ ਦਿੱਤਾ। ਮਹਾਰਾਜ ਕਹਿੰਦੇ ਜਿਵੇਂ ਤੁਸੀਂ ਪੂਰਕ ਕੁੰਭਕ ਅਤੇ ਰੇਚਕ ਕਰਦੇ ਹੋ, ਸਵਾਸ ਤਾਂ ਚੜ੍ਹਾਉਣੇ, ਫਿਰ ਸਵਾਸਾਂ ਨੂੰ ਟਿਕਾ ਲੈਣਾ ਅਤੇ ਸਵਾਸਾਂ ਨੂੰ ਠਾਂ ਲੈ ਕੇ ਆਉਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਮਹਾਰਾਜ ਕਹਿੰਦੇ ਪ੍ਰਭੂ ਦੇ ਨਾਮ ਚਿੱਲੇ ਬੁਲਾਈ ਹੋਈ ਹੈ, ਅਨਾਹਤ ਧੁਨੀ ਜਿਹੜੀ ਸੁਣ ਰਹੀ ਹੈ ਇਹ ਸਾਡਾ ਪੂਰਕ ਹੈ। ਅਤੇ ਪੂਰਕ ਹੈ, ਕੁੰਭਕ ਕੀ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਚੱਲੇ ਬੁਲਾਉਣੀ। ਰੇਚਕ ਕੀ ਹੈ? ਵਿਕਾਰਾਂ ਨੂੰ ਛੱਡ ਦੇਣਾ। ਮਹਾਰਾਜ ਕਹਿੰਦੇ ਇਹ ਕੰਮ ਕਰਨਾ, ਅਨਹਦ ਧੁਨੀ ਸੁਣਨੀ ਹੈ, ਨਾਮ ਚੱਲੇ ਬੁਲਾ ਕੇ ਰੱਖਣੀ ਹੈ, ਵਿਕਾਰਾਂ ਨੂੰ ਛੱਡ ਦੇਣਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਇਹਨੂੰ ਕੀ ਕਹਿੰਦੇ ਹੈ? ਇਹਨੂੰ ਮਹਾਰਾਜ ਕਹਿੰਦੇ ਸਾਡਾ ਪ੍ਰਾਣਾਯਾਮ ਕਹਿੰਦੇ ਹੈ, ਸਾਡਾ ਪ੍ਰਾਣਾਯਾਮ ਕਹਿੰਦੇ ਹੈ। ਅਨਹਦ ਧੁਨ ਬਾਰੇ ਕਹਿ ਕੇ ਅੱਗੇ ਚੱਲਣ ਦਾ ਯਤਨ ਕਰਾਂ। ਅੱਜ ਵੀ ਉਹਨਾਂ ਮਹਾਂਪੁਰਖਾਂ ਦਾ ਪਰਿਵਾਰ ਜਿਉਂਦਾ ਬਰਿਆਰ ਨਗਰ ਦੇ ਵਿੱਚ, ਅੱਜ ਵੀ ਉਹਨਾਂ ਦਾ ਪਰਿਵਾਰ ਹੈ। ਇੱਕ ਪੁੱਤਰ ਉਹਨਾਂ ਦਾ ਸਾਧ ਸੰਗਤ ਦੀ ਬਰਿਆਰ ਪਿੰਡ ਵਿੱਚ ਹੈ, ਇੱਕ ਕੈਨੇਡਾ ਦੇ ਵਿੱਚ ਹੈ। ਪੋਤਰੇ ਹਨ, ਮਹਾਂਪੁਰਖਾਂ ਦੀਆਂ ਬੇਟੀਆਂ ਨੇ, ਸੰਗਤ ਹੈ, ਬੜਾ ਵੱਡਾ ਪਰਿਵਾਰ ਹੈ। ਉਹਨਾਂ ਦੀ ਭੈਣ ਵੀ ਹੈ, ਉਹਨਾਂ ਦੇ ਸੰਗੀ ਸਾਥੀ ਨੇ, ਮੈਂ ਤੁਹਾਨੂੰ ਮਿਲਾ ਸਕਦਾ ਹੈ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਿਹੜੇ ਸੰਗੀ ਸਾਥੀ ਅਤੇ ਉਹਨਾਂ ਦੇ ਪਰਿਵਾਰ ਦੇ ਸਨ ਨਾ ਜੀ। ਅਨਹਦ ਨਾਦ, ਅਨਹਦ ਵਾਜੇ ਉਹਨਾਂ ਦੇ ਸਰੀਰ 'ਚ ਵੱਜਦੇ ਹੋਏ ਉਹਨਾਂ ਦੇ ਪਰਿਵਾਰ ਨੇ ਸੁਣੇ ਜੀ, ਉਹਨਾਂ ਦੇ ਪਰਿਵਾਰ ਨੇ ਸੁਣੇ ਹੈ। ਇਹ ਤਾਂ ਮੈਂ ਬੇਨਤੀ ਕੀਤੀ ਹੈ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਸ ਕਹਿੰਦੇ ਹੈ ਅਨਹਦ ਧੁੰਨ 'ਚ ਧਿਆਨ ਟਿਕਾਉਣਾ। ਐਸੇ ਗੁਰਮੁਖ ਹਨ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਹਜ਼ੂਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਪੈ ਗਿਆ ਖਿੰਥੜਾ ਜੀ। ਕਹਿੰਦਾ ਮਹਾਰਾਜ ਮੈਂ ਸਮਝ ਲਿਆ ਤੁਸੀਂ ਮਹਾਰਾਜ ਆਪ ਕਰਤਾਰ ਹੋ, ਮਹਾਰਾਜ ਤੁਸੀਂ ਆਪ ਹੋ, ਤੂੰ ਹੈ ਕਰਤਾਰ, ਅਵਤਾਰ ਦੰਭ ਹਾਨੀਏ। ਕੱਲ੍ਹ ਇੱਥੋਂ ਤੱਕ ਆਪ ਜੀ ਨੇ ਸਰਵਣ ਕੀਤਾ, ਊਰਮ ਧੂਰਮ ਸੱਚੇ ਪਾਤਸ਼ਾਹ ਕੋ ਆਏ। ਇੱਥੋਂ ਕਥਾ ਆਰੰਭ ਹੁੰਦੀ ਹੈ, ਪਿਆਰ ਨਾਲ ਸਾਰੇ ਸਰਵਣ ਕਰੋ ਜੀ। ਸਤਨਾਮ ਸ੍ਰੀ ਗੁਰੂ ਸਾਹਿਬ ਜੀ, ਗੱਜ ਕੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ, ਹੋਰ ਗੱਜ ਕੇ ਸਤਨਾਮ ਵਾਹਿਗੁਰੂ ਸਾਹਿਬ ਜੀ। ਹਾਂਜੀ, ਸ਼੍ਰੀ ਵਾਹਿਗੁਰੂ ਸਾਹਿਬ ਜੀ। ਊਰਮ ਬਹੁਰ ਆਇਓ, ਤੁਮਰ ਹੈ ਸੰਗ ਜਾ ਕੇ ਹਾਂਜੀ, ਬੁਝੇ ਮਨ ਬਾਸ ਕਹਾਂ ਪੌਣ ਰਹਿ ਥਾਨ ਕੋ। ਉਂਜ ਊਰਮ ਅਤੇ ਧੂਰਮ ਕਹਿ ਲੈਂਦੇ ਹੈ, ਅਤੇ ਸਾਧ ਸੰਗਤ ਜੀ ਊਰਮ ਅਤੇ ਧੂਰਮ ਇਹ ਦੋਵੇਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਆ ਕੇ ਬੈਠ ਗਏ ਹੈ। ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛਿਆ ਹੈ, ਮਹਾਰਾਜ ਗਰੀਬ ਨਿਵਾਸ ਜੀ ਨੂੰ ਪੁੱਛਦੇ ਹੈ ਮਨ ਦਾ ਵਾਸਾ ਕਿੱਥੇ ਹੈ, ਮਨ ਦਾ ਵਾਸਾ ਕਿੱਥੇ ਹੈ, ਪੌਣ ਹਵਾ ਸਰੀਰ ਵਿੱਚ ਕਿੱਥੇ ਕੁ ਰਹਿੰਦੀ ਹੈ, ਸਾਡਾ ਮਨ ਕਿੱਥੇ ਰਹਿੰਦਾ ਹੈ। ਜਦੋਂ ਸਿੱਧ ਗੋਸ਼ਟ ਬਾਣੀ ਪੜ੍ਹੀਏ ਨਾ ਜੀ, ਉਹਦੇ ਵਿੱਚ ਇਹ ਸਾਰੇ ਸਵਾਲ ਆ ਜਾਂਦੇ ਹੈ। ਹਾਂਜੀ, ਕੌਣ ਹੋ ਨਰੇਸ਼, ਕੌਣ ਸਚਿਵ ਬਤਾਏ ਮੋਹ, ਮਨ ਕੋ ਬਾਸ ਕਹਾਂ ਕਥੀ ਅਲੇ, ਇਸ ਤਰ੍ਹਾਂ ਕਰਕੇ ਸਵਾਲ ਮਹਾਰਾਜ ਜੀ ਦੀ ਬਾਣੀ ਵਿੱਚ ਵੀ ਆਉਂਦੇ ਆ। ਫਿਰ ਇਹ ਅੱਗੋਂ ਸੱਚੇ ਪਾਤਸ਼ਾਹ ਨੂੰ ਪੁੱਛਦੇ ਆ, ਕਹਿੰਦੇ ਰਾਜਾ ਕੌਣ ਹੈ, ਮੰਤਰੀ ਕੌਣ ਹੈ,
ਇਹ ਸਾਨੂੰ ਦੱਸੋ। ਕੈਸੇ ਪਰੇ ਬੰਦ ਕੈਸੇ ਕੰਧ ਨਿਹਾਨ ਕੋ, ਕਹਿੰਦੇ ਆ ਬੰਧਨ ਕਿਵੇਂ ਪੈਂਦੇ ਆ, ਜਮਾ ਦੀ ਫਾਈ ਤੋਂ ਆਜ਼ਾਦ ਕਿਵੇਂ ਹੋਈਦਾ, ਇਹ ਸਤਿਗੁਰੂ ਜੀ ਨੂੰ ਊਰਮ ਤੇ ਧੂਰਮ ਪੁੱਛ ਰਹੇ ਹੈ। ਹਾਂਜੀ, ਕੋ ਹੈ ਗੁਰੂ ਚੇਲਾ ਕੌਣ, ਸੁਖਦਾਈ ਭੌਣ ਕੌਣ, ਕਹਿੰਦੇ ਗੁਰੂ ਕੌਣ ਹੈ, ਚੇਲਾ ਕੌਣ ਹੈ, ਸੁਖਦਾਈ ਘਰ ਕਿਹੜਾ ਹੈ, ਮਾਇਆ ਮੋਹ ਟੂਟੇ ਕੈਸੇ ਕਰੀਏ ਬਖਾਨ, ਮਾਇਆ ਦਾ ਮੋਹ ਕਿਵੇਂ ਟੁੱਟੇ। ਮਾਇਆ ਬੜੀ ਮਿੱਠੀ ਲੱਗਦੀ ਸਭ ਨੂੰ, ਗੱਜ ਕੇ ਆਖੋ ਵਾਹਿਗੁਰੂ। ਵੈਸੇ ਤੇ ਚੰਗੀ ਗੱਲ ਹੈ, ਕਉ ਮਾਈ ਭੁੱਲਿਓ ਮਨ ਸਮਝਾਵੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਦੇ ਹੈ, ਬੜੀ ਚੰਗੀ ਗੱਲ ਹੈ ਇਹੋ ਜਿਹੇ ਸਵਾਲ ਪੁੱਛੇ ਹੈ। ਔਰ ਇਹ ਸਵਾਲਾਂ ਤੋਂ ਪਤਾ ਲੱਗਦਾ ਵੀ ਬੰਦਾ ਕਿੰਨਾ ਗਹਿਰਾ ਹੈ, ਬੰਦਾ ਗਹਿਰਾ ਕਿੰਨਾ ਹੈ। ਜਿੰਨੀ ਗਹਿਰਾਈ ਵਿੱਚ ਜਾਏਗਾ ਓਨਾ ਡੂੰਘਾ ਸਵਾਲ ਬੰਦਾ ਕਰੇਗਾ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ, ਮਾਇਆ ਦਾ ਬੰਧਨ ਕਿਵੇਂ ਟੁੱਟੇ, ਮਾਇਆ ਦਾ ਮੋਹ ਕਿਵੇਂ ਟੁੱਟੇ ਸਾਨੂੰ। ਮਹਾਰਾਜ ਇਹ ਵੀ ਦੱਸੋ, ਮਾਇਆ 'ਚ ਹੀ ਜਕੜੇ ਪਏ ਆ, ਗੱਜ ਕੇ ਆਖੋ ਵਾਹਿਗੁਰੂ। ਬੰਧਨ ਪਏ ਆ ਸਭ ਨੂੰ, ਮਾਇਆ 'ਚ ਜਕੜੇ ਪਏ ਆ। ਕਿਸੇ ਨੂੰ ਕਿਸੇ ਚੀਜ਼ ਦੀ ਪੈ ਗਈ, ਕਿਸੇ ਨੂੰ ਕਿਸੇ ਚੀਜ਼ ਦੀ ਪੈ ਗਈ ਹੈ। ਅਤੇ ਮਾਇਆ ਕੀ ਹੈ? ਮਾਇਆ ਛਲ ਹੈ, ਮਾਇਆ ਠੱਗੀ ਹੈ, ਮਾਈ ਮਾਇਆ ਛਲ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਸਤਤ ਵਿੱਚ ਸਵਈਏ ਜਦੋਂ ਲਿਖੇ ਭੱਟਾਂ ਨੇ, ਭੱਟ ਸਾਹਿਬਾਨ ਲਿਖਦੇ, ਸੋਈ ਪੁਰਖ ਸਿਵਰ ਸਾਚਾ, ਜਾ ਕਾ ਨਾਮ ਅਛਲ ਸੰਸਾਰੋ। ਕਹਿੰਦੇ ਆ ਜਿਹਦਾ ਨਾਮ ਅਛਲ ਹੈ, ਛੱਲਿਆ ਨਹੀਂ ਜਾਂਦਾ। ਮਾਇਆ ਕੀ ਹੈ? ਮਾਇਆ ਛਲ ਹੈ, ਮਾਇਆ ਧੋਖਾ ਹੈ, ਮਾਇਆ ਠੱਗੀ ਹੈ। ਮਹਾਰਾਜ ਨੇ ਮਾਇਆ ਦਾ ਮੋਹ ਕਿਵੇਂ ਟੁੱਟੇ, ਕਮਾਲ ਦੀ ਗੱਲ ਇਹ ਹੈ, ਨੁਕਸਾਨਦਾਈ ਪਰ ਬੰਦੇ ਨੂੰ ਫਿਰ ਬੜੀ ਚੰਗੀ ਲੱਗਦੀ ਹੈ। ਅਤੇ ਮਾਇਆ ਨੋਟ ਨਹੀਂ ਹੈ, ਇਹ ਤਾਂ ਚਲੋ ਇੱਕ, ਇਹ ਵੀ ਮਾਇਆ ਦਾ ਪ੍ਰਕਾਰ ਹੀ ਹੈ। ਉਂਝ ਪੈਸਿਆਂ ਨੂੰ ਆਪਾਂ ਕਹਿੰਦੇ ਜੀ ਮਾਇਆ ਕਿੰਨੀ ਲੈਣੀ ਭਾਈ ਸਾਹਿਬ। ਉਹ ਮੈਨੂੰ ਇੱਕ ਨੇ ਪੁੱਛਿਆ, ਕਹਿੰਦੇ ਜੀ ਮਾਇਆ ਕਿੰਨੀ ਲੈਣੀ, ਮੈਂ ਤੂੰ ਆਪਣੇ ਕੋਲ ਹੀ ਰੱਖ ਭਰਾਵਾ, ਮਾਇਆ ਜਿਹੜੀ ਹੈਗੀ ਤੇਰੇ ਕੋਲ ਹੀ ਰਹੇ, ਮੇਰੀ ਅਰਦਾਸ ਕਰ ਵੀ ਮਾਇਆ ਤੋਂ ਖਹਿੜਾ ਛੁੱਟ ਜੇ। ਅਤੇ ਹਾਂ, ਜਿਹੜੇ ਥੋੜ੍ਹੇ ਬਹੁਤੀ ਸੇਵਾ ਭੇਟਾ ਦੇਣੀ ਹੈ ਉਹ ਮੈਂ ਮੰਗੀ ਨਹੀਂ, ਮਰਜ਼ੀ ਹੈ ਤੇਰੀ। ਕਹਿੰਦਾ ਮਾਇਆ ਕਿੰਨੀ ਲਓਗੇ? ਮੈਂ ਨਹੀਂ ਲੈਣੀ ਭਾਈ, ਇਹ ਬਹੁਤ ਦੁੱਖਦਾਈ ਹੈ, ਮਾਈ ਮਾਇਆ ਛਲ, ਮਾਈ ਮਾਇਆ ਛਲ। ਇਹ ਨੇ ਪੈਸੇ, ਏਸੀਆਂ ਇਹਨਾਂ ਨੂੰ ਕਹਿੰਦੇ ਨੇ ਮਾਇਆ, ਅਸਲ ਵਿੱਚ ਇਹ ਮਾਇਆ ਨਹੀਂ ਹੈ। ਮਾਇਆ ਕੀ ਹੈ? ਮਾਇਆ ਵੀ ਇਹਦਾ ਨਾਮ ਜਿਹਨੇ ਰੱਖਿਆ ਸੀ, ਬੜੀ ਸੋਚ ਸਮਝ ਕੇ ਰੱਖਿਆ ਸੀ। ਮਾਇਆ ਉਹਨੂੰ ਕਹਿੰਦੇ ਹੈ ਜਿਹਦੇ ਵਿੱਚ ਪੈ ਕੇ ਬੰਦੇ ਨੂੰ ਰੱਬ ਦਾ ਚੇਤਾ ਭੁੱਲ ਜਾਵੇ, ਉਹਨੂੰ ਕਹਿੰਦੇ ਮਾਇਆ। ਤਾਂ ਅਕਸਰ ਹੀ ਹੈ ਪੈਸਿਆਂ ਨੋਟਾਂ 'ਚ ਪੈ ਕੇ ਚੇਤਾ ਭੁੱਲ ਜਾਂਦਾ, ਤਾਂ ਇਹਨੂੰ ਵੀ ਮਾਇਆ ਕਹਿਣ ਲੱਗ ਪਏ। ਅਤੇ ਪਿਆਰ ਸਾਨੂੰ ਇਹਨਾਂ ਨਾਲ ਵੀ ਬੜਾ ਹੈ ਅਤੇ ਦੂਜੀ ਮਾਇਆ ਨਾਲ ਵੀ ਬੜਾ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਊਰਮ ਧੂਰਮ ਕਹਿੰਦੇ, ਜੀ ਮਾਇਆ ਦਾ ਪਿਆਰ ਕਿਵੇਂ ਟੁੱਟੇ ਬੰਦੇ ਨਾਲ, ਬੰਦਾ ਮਾਇਆ ਤੋਂ ਆਪਣਾ ਪਿਆਰ ਕਿਵੇਂ ਤੋੜੇ, ਦੱਸੋ। ਲੇਹੋ ਸਿੱਖ ਗੋਰਖ ਕੀ ਮਾਨੀਏ ਬਚਨ ਮਮ। ਤੇ ਨਾਲ ਇਹ ਵੀ ਕਹਿੰਦੇ ਆ, ਕਹਿੰਦੇ ਸਾਰੇ ਸਵਾਲਾਂ ਦੇ ਜਵਾਬ ਪਤਾ ਕਿੱਥੋਂ ਮਿਲਣੇ, ਗੋਰਖਨਾਥ ਕੋ ਮਿਲਣੇ ਹੈ, ਸਾਡੇ ਗੁਰੂ ਕੋ। ਇਸ ਕਰਕੇ ਉਹਨਾਂ ਦੀ ਚੇਲੇ ਬਣ ਜਾਓ। ਹਾਂਜੀ, ਪਾਈਏ ਪਰਮ ਪਦ ਜਾਂ ਕੇ ਨਾ ਸਮਾਨ ਕੋ। ਪਰਮ ਪਦ ਦੀ ਪ੍ਰਾਪਤੀ ਹੋ ਜਾਏਗੀ, ਸਾਡੀ ਗੱਲ ਮੰਨ ਲਓ, ਗੋਰਖਨਾਥ ਦੇ ਬਰਾਬਰ ਹੋਰ ਕੋਈ ਨਹੀਂ ਹੈਗਾ ਸਿੱਧ। ਜੋਗੀ ਮਤ ਬੜਾ ਵਧੀਆ ਮਤ ਹੈ, ਇਸ ਕਰਕੇ ਸਾਡੇ ਮਤ ਵਿੱਚ ਆ ਜਾਓ। ਹੁਣ ਸੰਗਤ ਜੀ ਤੁਸੀਂ ਕਥਾ ਸੁਣ ਰਹੇ ਹੋ, ਕਿੰਨੀ ਵਾਰੀ ਸਿੱਧਾਂ ਨੇ ਕਿਹਾ ਵੀ ਸਾਡੇ ਮਤ 'ਚ ਆ ਜਾਓ, ਮਹਾਰਾਜ ਨੇ ਆਪਣਾ ਮਤ ਛੱਡਿਆ ਜੀ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਨੇ ਮਤ ਆਪਣਾ ਛੱਡਿਆ ਨਹੀਂ ਛੱਡਿਆ, ਤੁਹਾਨੂੰ ਕੋਈ ਜਿੰਨਾ ਮਰਜ਼ੀ ਆਖੇ ਪਿਆਰਿਓ, ਭੁੱਲ ਕੇ ਵੀ ਗੁਰੂ ਦੇ ਚਰਨ ਨਾ ਛੱਡਿਓ ਜੀ। ਹਾਂਜੀ, ਹਿਰਦੇ ਮਨ ਬਾਸ ਜਾਨ ਨਾਭ ਵਿਖੇ ਪੌਣ ਥਾਨ। ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਦੱਸਦੇ ਆ, ਮਹਾਰਾਜ ਕਹਿੰਦੇ ਆ ਊਰਮ ਧੂਰਮ ਨੂੰ, ਮਹਾਰਾਜ ਕਹਿੰਦੇ ਕਿਹੜੀ ਵੱਡੀ ਗੱਲ ਹੈ ਜਿਹੜੇ ਸਵਾਲ ਪੁੱਛੇ ਆ। ਮਹਾਰਾਜ ਕਹਿੰਦੇ ਜਿਹੜਾ ਮਨ ਹੈ ਨਾ, ਮਨ ਉਹ ਹਿਰਦੇ ਵਿੱਚ ਵੱਸਦਾ ਹੀ, ਮਨ ਦਾ ਵਾਸਾ ਬੰਦੇ ਦੇ ਹਿਰਦੇ ਵਿੱਚ ਹੈ, ਅੰਤਸ਼ਕਰਨ ਵਿੱਚ ਹੀ ਮਨ ਰਹਿੰਦਾ ਹੈ। ਮਨ ਬੁੱਧ ਚਿੱਤ ਹੰਕਾਰ, ਇਹਨਾਂ ਤਿੰਨ ਚਾਰੇ ਚੀਜ਼ਾਂ ਦਾ ਨਾਮ ਅੰਤਸ਼ਕਰਨ ਹੈ, ਹਿਰਦਾ ਹੈ। ਮਹਾਰਾਜ ਕਹਿੰਦੇ ਮਨ ਜਿਹੜਾ ਉਹ ਹਿਰਦੇ ਵਿੱਚ ਰਹਿੰਦਾ ਹੈ।
मन है नरेश प्राण सचिव बखानिए। गरीब नवाज सच्चे पातशाह कहिंदे जिहड़ी हवा है, असल हवा जिहड़ी टिकी है ना, वह हर एक बंदे दी नाभी विच टिकी हुई है जी। योग मत अनुसार नाभी दे विच हवा टिकी हुई है, नाभी खुल गई कहिंदे साह गंढ खुल गई जी। एक गंढ मारी परमेश्वर ने, सारे शरीर की गंढ कित्थे मारी है, साडी नाभी ते मारी है। ते साध संगत जी, हजूर महाराज सच्चे पातशाह कहिंदे है, कहिंदे है नाभी दे विच पौण रहिंदी है। कि इन्हें पूछा सी राजा कौन है, मंत्री कौन है, महाराज सच्चे पातशाह कहिंदे है असल विच इस शरीर का जिहड़ा राजा बनिया ना, वह मन बनिया होया है। गज के आखो हिरदा नहीं मन, क्योंकि हिरदे विच मन भी है, चित है, बुद्ध है, हंकार है, तीन चीज़ां होर ने, पर मन बंदे दा राजा बनिया जी। आ जिहड़ा शब्द भगत कबीर जी लिखते हैं ना, क्यों लीजै गढ़ बंका भाई। मन राजे नूं किवें जितना है, सच्चे पातशाह महाराज ने दस्या। हुण कथा ही है, किसे एक दे गुरमुख ते किरपा हो जावे ते गल वखरी है, भी वह मन नूं जित लवे। महाराज कहिंदे मन राजा है, मन राजा। ते इहनूं महाराज ने शब्द विच भी आख्या है एक थां ते, कि अनजाण बालक जिहड़ा वह राजा बनिया होया है, नगरी कच्ची है, ते राजे दा दुष्टां नाल प्यार पै गया है। महाराज ने बाणी चाख्या है। हो महाराज कहिंदे है मन राजा है, ते प्राण सचिव बखानिए, जिहड़े प्राण ने ना वह मंत्री है सच्चे पातशाह कहिंदे। हाँ जी, विखे के बेकार रच बंधन परत जियो। विषय वकारां विच रच के बंदा बंधना विच पैंदा है। गज के आखो वाहेगुरु। उन्हें कहा सी बंधन किवें पैंदे है, कहिंदा कैसे परे बंध कैसे कंध नह हान को। बंधन किवें पैंदे है, सच्चे पातशाह कहिंदे बंधन पैंदे है जदों विषय वकारां विच पै के बंदा पुठे काम करदा है। चंगा काम जिहड़ा है वह तो बंदे नूं तारदा है, माड़ा काम डोब बिंदा है। विषय वकारां विच पै के पुठे काम जदों करदा है, वह कम जिहड़े उह बंधन बन जांदे। जो जो कर्म कियो लालच लग, तेह तेह आप बंधायो। जिहड़े जिहड़े लालच विच आ के काम कीते, उह बंदे नूं बंधन पई जांदे जी। हाँ जी, दसवें अधार पौन रहे कंध नह हानिए। गज के आखो वाहिगुरु। शरीर रूपी कंध किन्ना चिर तक टिकदी है, नाश नहीं हुंदी। महाराज सच्चे पातशाह कहिंदे है जिन्ना चिर तक दसवें द्वार विच पौन प्राण रहिंदे है, वाहिगुरु पौन रहिंदी है, उन्ना चिर तक शरीर जिहड़ा उह नाश नहीं हुंदा। गुरु है शब्द धुन चेला है सुरत तेह। बस आ शब्द बड़ा वड्डा प्यारे, तेनू समझण दी लोड़ है। बड़े बड़े घंटे गुरमुख प्यारे विद्वान इस शब्द ते इन्नी गल ते कथा लाउंदे है जी। हुण सिद्ध बड़े शरारती सी, वह पुछदे आ गुरु कौन है ते चेला कौन है। प्यारियो, जे महाराज अपने कहे गुरु का नाम लेंदे, उन्हें कहना सी वेखो उस गुरु ने तो समय नाल शरीर त्याग देना जां त्याग दिता है। तो जे नहीं है, पहली गल भी त्याग दिता होना है, तो जे है तो त्याग देगा शरीर। तो साडियां तो उम्र बड़िया लंबिया, तो गोरखनाथ नूं गुरु बना लो, गोरखनाथ नूं गुरु बना लो। तो सच्चे पातशाह गरीब नवाज महाराज ने ना गल ही मुका दिती। महाराज ने अपना गुरु ही उन्हूं दसिया जिन्हें मरना ही नहीं है कदी जी, जिन्हें मरना ही नहीं है। वह कौन गुरु है साध संगत जी? वह शब्द गुरु है। शब्द गुरु सुरत धुन चेला। महाराज सच्चे पातशाह कहिंदे शब्द गुरु है ते सुरत भाई चेला है। इस गल नूं समझण वास्ते बड़ा चिर लाउणा पैणा है, बड़ा जोर लाउणा पैणा है, फिर जाके गल समझ विच आउणी। मैं एक खिंद च कह के अगे चलण दा जतन करदा। तुसीं बैठे हो, आपां बैठे हैं, शरीर करके बैठे हैं ना। एक गल नूं बड़े ध्यान नाल समझो, एक करी सावधान होवो। गज के आखो वाहेगुरु। श्री गुरु ग्रंथ साहिब की ने? देह हन। प्रगट गुरां की देह।
ਇਹ ਆਪਾਂ ਪੜ੍ਹਦੇ ਹਾਂ ਅਤੇ ਆਪਾਂ ਕੀ ਹਾਂ, ਆਪਾਂ ਵੀ ਦੇਹ ਹਾਂ, ਆਪਾਂ ਵੀ ਸਰੀਰ ਹੈ। ਇਸ ਸਮੇਂ ਦੇਹ ਦੀ ਹਜ਼ੂਰੀ 'ਚ ਦੇਹ ਬੈਠੀ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ, ਦੇਹ ਸਤਿਗੁਰੂ ਹਨ ਅਤੇ ਆਪਾਂ ਵੀ ਦੇਵਾਂ ਹਾਂ। ਸਾਧ ਸੰਗਤ ਜੀ, ਦੇਹ ਦੀ ਹਜ਼ੂਰੀ ਵਿੱਚ ਦੇਹ ਬੈਠੀ ਹੈ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੂਖਸ਼ਮ ਰੂਪ ਹੈ ਸ਼ਬਦ। ਸੂਖਸ਼ਮ ਰੂਪ ਕੀ ਹੈ? ਸ਼ਬਦ। ਅਤੇ ਪਿਆਰਿਓ, ਸਾਡੇ ਸਰੀਰ ਦਾ ਸੂਖਸ਼ਮ ਰੂਪ ਕੀ ਹੈ? ਸਾਡੀ ਸੁਰਤ। ਸਥੂਲ ਰੂਪ ਵਿੱਚ ਆ ਵੇਖ ਲਓ, ਇਹ ਦੇਹ ਹੈ ਨਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਾਂ ਦੇਹ ਨੇ ਅੱਗੇ ਹੱਥ ਜੋੜੇ ਹੋਏ ਹੈ ਜੀ, ਜੋੜੇ ਤੁਹਾਡੇ ਸਾਹਮਣੇ ਹੀ ਹੈ। ਦੇਹ ਨੇ ਮੱਥਾ ਟੇਕਣਾ, ਕਰਨਾ ਪੈਣਾ, ਕਿਉਂਕਿ ਪ੍ਰਗਟ ਗੁਰਾਂ ਕੀ ਦੇਹ ਦੀ ਸੇਵਾ ਦੇਹ ਕਰ ਸਕਦੀ। ਹੁਣ ਪ੍ਰਕਾਸ਼ ਸੁਰਤ ਕਿਵੇਂ ਕਰ ਲਏਗੀ? ਸੁਖਾਸਨ ਸੁਰਤ ਕਿਵੇਂ ਕਰੇਗੀ? ਦੇਹ ਨੇ ਦੇਹ ਦੀ ਸੇਵਾ ਕਰਨੀ ਹੈ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਸੂਖਮ ਰੂਪ ਵਿੱਚ ਹੁੰਦੇ ਹੈ, ਮਹਾਰਾਜ ਸ਼ਬਦ ਦਾ ਰੂਪ ਬਣ ਜਾਂਦੇ ਹੈ। ਅਤੇ ਸ਼ਬਦ ਦਾ ਰੂਪ ਜਦੋਂ ਬੰਦਾ ਬਣਦਾ ਹੈ, ਵਾਹਿਗੁਰੂ ਸਿੱਖ ਦਾ ਜਦੋਂ ਗੱਲ ਆਉਂਦੀ ਹੈ, ਸਿੱਖ ਨੇ ਗੁਰੂ ਨੇ ਸ਼ਬਦ ਬਣ ਜਾਣਾ, ਸਿੱਖ ਨੇ ਸੁਰਤ ਬਣ ਜਾਣਾ, ਸਿੱਖ ਨੇ ਸੁਰਤ ਬਣ ਜਾਣਾ। ਅਤੇ ਮਹਾਰਾਜ ਨੇ ਸ਼ਬਦ ਜਿਹੜਾ ਵਰਤਿਆ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਚੇਲਾ ਭਲਾ ਕਿਹਨੂੰ ਕਹਿੰਦੇ ਹੈ? ਗੱਜ ਕੇ ਆਖੋ। ਕੰਮ ਲੰਬਾ ਹੋ ਜਾਣਾ ਪਰ ਅਰਦਾਸ ਕਹਿ ਕੇ ਛੇਤੀ ਛੇਤੀ ਅੱਗੇ ਚੱਲਣ ਦਾ ਯਤਨ ਕਰੇ। ਚੇਲਾ ਕਹਿੰਦੇ ਜਿਹੜਾ ਤੁਹਾਡੇ ਪਿੱਛੇ ਲੱਗ ਜੇ ਜੀ, ਕਹਿੰਦੇ ਇਹਨੇ ਤਾਂ ਉਹਦੀ ਗੱਲ ਸੁਣਨੀ, ਕਿਉਂ? ਇਹ ਉਹਦਾ ਚੇਲਾ, ਕਹਿੰਦੇ ਇਹ ਉਹਦਾ ਚੇਲਾ ਹੈ। ਸੁਰਤ ਨੇ ਚੇਲੇ ਪੈਣਾ, ਸ਼ਬਦ ਗੁਰੂ ਹੈ, ਸੁਰਤ ਨੇ ਚੇਲੇ ਪੈਣਾ। ਕਿਵੇਂ? ਚੇਲਿਆਂ ਵਾਲੇ ਕੰਮ ਕਰਕੇ ਸ਼ਬਦ ਦੇ ਪਿੱਛੇ ਪਿੱਛੇ ਸੁਰਤ ਰਵੇ, ਸ਼ਬਦ ਦੇ ਪਿੱਛੇ ਪਿੱਛੇ। ਅਤੇ ਕਿਵੇਂ ਰਹੇਗੀ? ਧੁਨ ਵਿੱਚ ਲੀਨ ਹੋ ਕੇ, ਸ਼ਬਦ ਦੀ ਧੁਨ ਵਿੱਚ ਸੁਰਤ ਲੱਗੀ ਰਵੇ। ਪਿਆਰਿਓ, ਅਸਲੀ ਗੁਰੂ ਅਤੇ ਅਸਲੀ ਚੇਲਾ ਸਾਡੇ ਸਰੀਰ ਵਿੱਚ ਹੀ ਆ ਜਾਣਾ। ਵਾਹਿਗੁਰੂ ਐਂ ਧੁਨ 'ਚ ਜਾਣਾ। ਵਾਹਿਗੁਰੂ, ਇਹ ਗੱਲ ਦਾ ਇੰਜ ਨਹੀਂ ਪਤਾ ਲੱਗਣਾ। ਜਦੋਂ ਅੰਮ੍ਰਿਤ ਵੇਲੇ ਬੈਠ ਕੇ ਘੰਟਾ ਦੋ ਘੰਟੇ ਇੰਜ ਹੀ ਜਾਪ ਕਰੋਗੇ ਨਾ ਲੰਮਾ ਕਰਕੇ, ਫਿਰ ਤੁਹਾਨੂੰ ਪਤਾ ਲੱਗਣਾ। ਜਦੋਂ ਸੁਰਤ ਇਕਾਗਰ ਹੋਣ ਲੱਗ ਪਈ, ਫਿਰ ਪਤਾ ਲੱਗਣਾ ਸੁਰਤ ਚੇਲਾ ਕਿਵੇਂ ਬਣਦੀ ਹੈ। ਮਹਾਰਾਜ ਊਰਮ ਅਤੇ ਧੂਰਮ ਨੂੰ ਕਹਿਣ ਲੱਗੇ, ਸ਼ਬਦ ਸਾਡਾ ਗੁਰੂ ਹੈ ਅਤੇ ਸ਼ਬਦ ਦਾ ਸਰੀਰ ਨਹੀਂ ਹੈ, ਅਤੇ ਜਿਹੜਾ ਸਰੀਰ ਨਹੀਂ ਉਹਦਾ ਚੇਲਾ ਸਰੀਰ ਵਾਲਾ ਕਿਵੇਂ ਹੋਏਗਾ? ਕਹਿੰਦੇ ਸੁਰਤ ਸੁਰਤ ਚੇਲਾ ਹੈ। ਹਾਂਜੀ, ਧਾਮ ਸੁਖ ਦਾਈ ਤੂਰੀ ਪਦਵੀ ਪਰਮਾਨੀਏ। ਉਹ ਕਹਿੰਦੇ ਸੁਖ ਦਾਈ ਘਰ ਕਿਹੜਾ ਹੈ? ਮਹਾਰਾਜ ਕਹਿੰਦੇ ਸੁਖ ਦਾਈ ਘਰ ਹੈ ਤੁਰਿਆ ਅਵਸਥਾ, ਸਹਿਜ ਪਦ। ਹਾਂਜੀ, ਗਿਆਨ ਹੋਏ ਆਵੇ ਮਾਇਆ ਮੋਹ ਟੂਟ ਜਾਵੇ ਤਬ। ਕਹਿੰਦੇ ਮਾਇਆ ਦਾ ਮੋਹ ਕਿਵੇਂ ਟੁੱਟੇ? ਮਾਇਆ ਬੜੀ ਮਿੱਠੀ ਲੱਗਦੀ, ਮਾਇਆ ਬੜੀ ਚੰਗੀ ਲੱਗਦੀ ਹੈ। ਮਹਾਰਾਜ ਕਹਿੰਦੇ ਹੈ, ਜਦੋਂ ਸ਼ਬਦ ਦਾ ਜਾਪ ਕਰਦੇ ਕਰਦੇ ਤੁਹਾਨੂੰ ਗਿਆਨ ਹੋਏਗਾ ਨਾ, ਆਪੇ ਹੀ ਮਾਇਆ ਦਾ ਮੋਹ ਟੁੱਟ ਜਾਣਾ ਹੈ, ਆਪੇ ਹੀ ਟੁੱਟ ਜਾਣਾ ਹੈ। ਸਾਧ ਸੰਗਤ ਜੀ, ਦਾਸ ਆਪ ਜੀ ਨੂੰ ਕਮਾਲ ਦਾ ਬਚਨ ਸੁਣਾਵੇਂ, ਇਹ ਤੁਸੀਂ ਪ੍ਰੈਕਟੀਕਲ ਕਰ ਸਕਦੇ ਹੋ। ਪੰਜ ਮਿੰਟ ਤੁਹਾਨੂੰ ਕੋਈ ਗੱਲ ਸਮਝ ਨਾ ਆਉਂਦੀ ਹੋਵੇ, ਕਮਾ ਕੇ ਵੇਖ ਲਿਓ। ਇੱਕ ਵਾਰੀ ਗੱਜ ਕੇ ਆਖੋ, ਵਾਹਿਗੁਰੂ ਵਾਹਿਗੁਰੂ। ਤੁਹਾਨੂੰ ਕੋਈ ਗੱਲ ਸਮਝ ਨਾ ਆਉਂਦੀ ਹੋਵੇ, ਗੁਰਬਾਣੀ ਦਾ ਬਚਨ ਨਾ ਸਮਝ ਆਉਂਦਾ ਹੋਵੇ, ਪੰਜ ਦਸ ਮਿੰਟ ਅੱਖਾਂ ਬੰਦ ਕਰਕੇ ਸ਼ਬਦ ਨੂੰ ਗੁਰੂ ਅਤੇ ਸੁਰਤ ਨੂੰ ਚੇਲਾ ਬਣਾ ਕੇ ਵਾਹਿਗੁਰੂ 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 ਸ਼ਬਦ ਦਾ ਜਾਪ ਕਰਿਓ, ਗੁਰਬਾਣੀ ਦੀ ਤੁੱਕ ਆਪੇ ਹੀ ਸਮਝ ਆ ਜਾਣੀ ਹੈ, ਆਪੇ ਹੀ ਸਮਝ ਆਉਣੀ ਹੈ। ਕਿਉਂਕਿ ਅੰਦਰ ਰੱਬ ਬੈਠਾ, ਜਦੋਂ ਉਹਦੇ ਨਾਲ ਸਾਡੀ ਸੁਰਤ ਦਾ ਮੇਲ ਹੁੰਦਾ ਹੈ ਨਾ, ਉਹ ਆਪੇ ਹੀ ਅਰਥ ਦੱਸਦਾ। ਇਸੇ ਕਰਕੇ ਮਹਾਂਪੁਰਖਾਂ ਨੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੇ ਇੱਕ ਇੱਕ ਤੁੱਕ ਦੇ ਕਈ ਕਈ ਅਨੁਭਵੀ ਅਰਥ ਕਰ ਦਿੱਤੇ ਜੀ, ਕਿਉਂਕਿ ਸਿਮਰਨ ਬਹੁਤ ਸੀਗਾ। ਉਹ ਗਿਆਨ ਅੰਦਰ ਪੈਦਾ ਹੋ ਜਾਂਦਾ। ਗੁਰੂ ਨਾਨਕ ਸਾਹਿਬ ਕਹਿੰਦੇ ਊਰਮ ਧੂਰਮ, ਜਦੋਂ ਗਿਆਨ ਪੈਦਾ ਹੋ ਜਾਵੇ ਨਾ
ਤੇ ਸੱਚੇ ਪਾਤਸ਼ਾਹ ਕਹਿੰਦੇ ਮਾਇਆ ਦਾ ਮੋਹ ਆਪੇ ਹੀ ਟੁੱਟ ਜਾਂਦਾ ਹੈ। ਹਾਂਜੀ, ਦੇਵੋ ਸਿੱਖ ਸਿੰਦਨ ਸਬਨ ਪਹਿਚਾਨੀਏ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਇਹ ਗੱਲ ਸਾਡੀ ਮੰਨ ਲਓ। ਉਹ ਕਹਿੰਦੇ ਜੀ ਚੇਲੇ ਬਣੋ, ਮਹਾਰਾਜ ਕਹਿੰਦੇ ਅਸੀਂ ਤੁਹਾਨੂੰ ਚੇਲਾ ਪਾ ਲੈਣਾ, ਅਸੀਂ ਤੇ ਤੁਹਾਨੂੰ ਸਿੱਖਿਆ ਦੇਣੀ ਹੈ, ਜਾਣ ਲਓ ਇਹ ਗੱਲ। ਹਾਂਜੀ, ਸਵਈਆ ਤੰਗਰ ਪੁੱਛਤ ਸ੍ਰੀ ਗੁਰ ਸੋ ਤੁਜ ਕੌਣ ਪਿਤਾ ਕਹੋ ਕਹੋ ਮਹਿਤਾਰੀ। ਗੱਜ ਕੇ ਆਖੋ ਤੰਗਰ ਨਾਥ, ਇਹ ਵੀ ਸਿੱਧ ਹੈ, ਇੱਕ ਲੰਗਰ ਨਾਥ ਇੱਕ ਤੰਗਰ ਨਾਥ ਹੈ। ਤੰਗਰ ਨਾਥ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਕਹਿੰਦਾ ਇਹ ਦੱਸੋ ਤੁਹਾਡੇ ਪਿਤਾ ਕੌਣ ਨੇ, ਤੁਹਾਡੇ ਮਾਤਾ ਜੀ ਕੌਣ ਹਨ। ਜੋਗੀ ਕੇ ਭੋਗੀ ਕੇ ਸੋਗੀ ਕਿਥੋਂ ਹਰਖੀ ਰਹੇ ਹੋ ਕਹੋ ਸਾਚ ਉਚਾਰੀ। ਤੁਸੀਂ ਜੋਗੀ ਹੋ ਭੋਗੀ ਹੋ, ਜੋਗੀ ਕਹਿੰਦੇ ਜੋਗ ਕਰਨ ਵਾਲੇ ਨੂੰ, ਭੋਗੀ ਕਹਿੰਦੇ ਪਦਾਰਥਾਂ ਦਾ ਆਨੰਦ ਲੈਣ ਵਾਲਿਆਂ ਨੂੰ। ਤੁਸੀਂ ਜੋਗੀ ਹੋ ਭੋਗੀ ਹੋ ਸੋਗੀ ਹੋ ਹਰਖੀ ਹੋ ਕੀ ਹੋ, ਸਾਨੂੰ ਚੰਗੀ ਤਰ੍ਹਾਂ ਤੇ ਦੱਸੋ। ਹਾਂਜੀ, ਕੋ ਪ੍ਰਕਾਸ਼ ਜੰਜਾਰ ਮਿਟਾ ਪੁਨ ਕਾਹੇ ਤੇ ਉਜਲ ਬੁੱਧ ਤੁਮਾਰੀ। ਕਿਹੜਾ ਪ੍ਰਕਾਸ਼ ਤੁਹਾਡੇ ਅੰਦਰ ਪੈਦਾ ਹੋ ਗਿਆ, ਤੁਹਾਡੇ ਜੰਜਾਲ ਟੁੱਟ ਗਏ ਹੈ, ਕਿਹੜਾ ਸੂਰਜ ਤੁਹਾਡੇ ਅੰਦਰ ਗਿਆਨ ਦਾ ਚੜ੍ਹ ਗਿਆ, ਤੁਹਾਡੀ ਬੁੱਧੀ ਇੰਨੀ ਉਜਲ ਹੈ, ਝਟਪਟ ਹੀ ਜਵਾਬ ਦੇ ਦਿੰਦੇ ਹੋ। ਹਾਂਜੀ, ਗੋਰਖ ਕੇ ਉਪਦੇਸ਼ ਲਈਏ ਜਗ ਦੇਹ ਅਜੀਤ ਰਹੇ ਨਹਿ ਹਾਰੀ। ਸੂਈ ਉਹਨਾਂ ਦੀ ਫਿਰ ਉੱਥੇ ਟਿਕੀ ਹੈ, ਕਹਿੰਦੇ ਪਰ ਤੁਹਾਨੂੰ ਨਾ ਗੋਰਖਨਾਥ ਦਾ ਉਪਦੇਸ਼ ਲੈਣਾ ਚਾਹੀਦਾ ਹੈ, ਕਿਉਂਕਿ ਗੋਰਖਨਾਥ ਦਾ ਉਪਦੇਸ਼ ਲਿਆ ਸਿੱਧ ਬਣਿਆ, ਮੌਤ ਨਹੀਂ ਛੇਤੀ ਆਉਂਦੀ। ਹਾਂਜੀ, ਪੰਕਜ ਲੋਚਨ ਬੈਨ ਕਹੇ ਪਿਤ ਮੋਹੇ ਸੰਤੋਖ ਖਿਮਾ ਸੁਭ ਮਾਹੀ। ਗੱਜ ਕੇ ਆਖੋ ਵਾਹਿਗੁਰੂ, ਤੇ ਮਹਾਰਾਜ ਨੇ ਬਾਣੀ ਚ ਵੀ ਆਖਿਆ ਮਾਤਾ ਮਤ ਪਿਤਾ ਸੰਤੋਖ। ਕਹਿੰਦਾ ਤੁਹਾਡਾ ਪਿਤਾ ਕੌਣ ਹੈ, ਮਹਾਰਾਜ ਕਹਿੰਦੇ ਮੇਰਾ ਪਿਤਾ ਸੰਤੋਖ ਹੈ। ਗੱਜ ਕੇ ਆਖੋ ਵਾਹਿਗੁਰੂ, ਹੁਣ ਮਾਫ ਕਰਿਓ ਸਾਧ ਸੰਗਤ ਜੀ, ਬਾਹਰੀ ਤੌਰ ਤੇ ਕਿਸੇ ਦਾ ਪਿਤਾ ਹੋਵੇ ਵੀ ਪਰ ਉਹਦੇ ਅੰਦਰ ਸੰਤੋਖ ਨਾ ਹੋਵੇ, ਰੱਜੇ ਹੀ ਨਾ, ਤੇ ਸਮਝੋ ਉਹਦਾ ਬਾਪ ਨਹੀਂ ਹੈਗਾ ਜੀ। ਤੇ ਜੇ ਕਿਸੇ ਦਾ ਬਾਪ ਨਾ ਹੋਵੇ ਪਰ ਉਹਦੇ ਕੋਲ ਸੰਤੋਖ ਹੋਵੇ ਤੇ ਪਿਆਰੇ ਉਹਦੀ ਇੱਜ਼ਤ ਬਣੀ ਰਹਿੰਦੀ ਹੈ, ਇੱਕ ਗੱਲ ਕਹਿ ਕੇ ਛੇਤੀ ਛੇਤੀ ਅੱਗੇ ਚੱਲਾਂਗਾ। ਸੰਤੋਖ ਤਾਂ ਪਿਤਾ ਨਾਲ ਗੱਲ ਕਿਉਂ ਕੀਤੀ ਹੈ, ਕਿਉਂਕਿ ਜਿਵੇਂ ਪਿਤਾ ਸਿਰ 'ਤੇ ਹੋਵੇ ਪੁੱਤਰ ਨੂੰ ਚਿੰਤਾ ਨਹੀਂ ਹੁੰਦੀ, ਪੁੱਤਰ ਕਹਿੰਦਾ ਹੈ ਕੋਈ ਗੱਲ ਨਹੀਂ ਮੇਰਾ ਪਿਤਾ ਸਿਰ 'ਤੇ ਬੈਠਾ ਹੈ, ਮੇਰੇ ਪਿਤਾ ਨੇ ਮੈਨੂੰ ਪੈਸੇ ਦੇ ਦੇਣੇ ਹੈ, ਪਿਤਾ ਦੇ ਸਿਰ 'ਤੇ ਝੋਰਾ ਨਹੀਂ ਹੁੰਦਾ, ਪੁੱਤ ਰੱਜਿਆ ਹੁੰਦਾ ਹੈ। ਪਰ ਪਿਆਰਿਓ ਇਸੇ ਤਰ੍ਹਾਂ ਜਿਹਦੇ ਅੰਦਰ ਸੰਤੋਖ ਆ ਗਿਆ ਉਹ ਵੀ ਰੱਜਿਆ ਰਹਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰਾ ਪਿਤਾ ਸੰਤੋਖ ਹੈ। ਗੱਜ ਕੇ ਆਖੋ ਵਾਹਿਗੁਰੂ। ਖਿਮਾ ਸ਼ੁਭ ਮਾਈ, ਖਿਮਾ ਮੰਗਣੀ, ਖਿਮਾ ਇਹ ਮੇਰੀ ਮਾਤਾ ਹੈ। ਉਂਝ ਖਿਮਾ ਦਾ ਅਰਥ ਖੀਵੀ ਬੁੱਧੀ ਵੀ ਹੋ ਸਕਦਾ ਹੈ, ਵੀ ਖਿਮਾ ਦਾ ਅਰਥ ਹੈ ਚੰਗੀ ਮੱਤ, ਕਿਉਂਕਿ ਮਹਾਰਾਜ ਚੰਗੀ ਮੱਤ ਦੀ ਜ਼ਿਕਰ ਵੀ ਕਰਦੇ ਬਾਣੀ 'ਚ। ਮਾਤਾ ਮੱਤ ਪਿਤਾ ਸੰਤੋਖ, ਬਾਹਰੀ ਤੌਰ 'ਤੇ ਨਾ ਸੰਗਤ ਜੀ ਕਿਸੇ ਦੀ ਮਾਤਾ ਦਾ ਅਕਾਲ ਚਲਾਉਣਾ ਹੋ ਜੇ ਏਡੇ ਵੱਡੇ ਘਾਟੇ ਵਾਲੀ ਗੱਲ ਨਹੀਂ ਹੈਗੀ। ਗੱਜ ਕੇ ਆਖੋ ਵਾਹਿਗੁਰੂ। ਘਾਟਾ ਤਾਂ ਹੈ ਵੀ ਮਾਤਾ ਦਾ ਅਕਾਲ ਚਲਾਉਣਾ ਹੋ ਗਿਆ, ਪਰ ਬਾਹਰੀ ਤੌਰ 'ਤੇ ਕਿਸੇ ਦੀ ਮਾਤਾ ਦਾ ਅਕਾਲ ਚਲਾਉਣਾ ਹੋ ਜਾਵੇ ਐਡਾ ਨੀਚੇ ਕਿਸੇ ਨੂੰ ਪਤਾ ਲੱਗਦਾ, ਪਰ ਡਰ ਲੱਗਦਾ ਹੈ ਵੀ ਕਿਸੇ ਦੀ ਮੱਤ ਨਾ ਮਰ ਜਾਏ ਜੀ। ਜਦੋਂ ਮੱਤ ਮਰ ਜਾਏ ਨਾ ਜੀ ਫਿਰ ਜ਼ਿਆਦਾ ਨੁਕਸਾਨ ਹੁੰਦਾ। ਇੱਕ ਬੰਦਾ ਇੱਕ ਪਿੰਡ ਵਿੱਚ ਗਿਆ, ਉਹ ਪਿੰਡ ਵਿੱਚ ਜਾ ਕੇ ਕਹਿੰਦਾ ਮੈਂ ਕੰਮ ਕਰਨਾ, ਉਹਨੇ ਉੱਥੇ ਕੰਮ ਕਰਨਾ ਸ਼ੁਰੂ ਕੀਤਾ। ਉਹ ਮਾਲਕ ਸਮਝਾਉਣ ਲੱਗਾ ਕਹਿੰਦਾ ਮੂਰਖਾ ਇੰਜ ਨਹੀਂ ਇੰਜ ਕਰਨਾ, ਉਹ ਕਹਿੰਦਾ ਉਹ ਤਾਂ ਠੀਕ ਹੈ ਕੰਮ ਤਾਂ ਉਵੇਂ ਕਰੂੰ ਜਿਵੇਂ ਤੂੰ ਕਿਹਾ ਹੈ, ਪਰ ਇਹ ਦੱਸ ਤੈਨੂੰ ਮੇਰਾ ਨਾਮ ਕਿਹਨੇ ਦੱਸਿਆ। ਉਹ ਕਹਿੰਦਾ ਕਿਹੜਾ ਨਾਮ, ਕਹਿੰਦਾ ਮੂਰਖ। ਗੱਜ ਕੇ ਆਖੋ ਵਾਹਿਗੁਰੂ। ਉਹ ਕਹਿੰਦਾ ਕਿਉਂ, ਕਹਿੰਦਾ ਇਹ ਮੇਰਾ ਨਾਮ ਹੈ। ਕਹਿੰਦਾ ਤੁਹਾਨੂੰ ਕਿਹਨੇ ਮੇਰਾ ਨਾਮ ਦੱਸ ਦਿੱਤਾ ਹੈ। ਕਹਿੰਦਾ ਤੇਰਾ ਨਾਮ ਨਹੀਂ ਹੈ, ਅਸਲ 'ਚ ਤੇਰੇ ਕੰਮ ਮੂਰਖਾਂ ਵਾਲੇ ਹੈ, ਜਿਹੜੀ ਮੱਤ ਮਰ ਜਾਏ ਉਹਨੂੰ ਸਾਰੀਆਂ ਥਾਵਾਂ 'ਤੇ ਨੁਕਸਾਨ ਹੀ ਨੁਕਸਾਨ ਹੈ। ਮਹਾਰਾਜ ਕਹਿੰਦੇ ਮੇਰੀ ਮਾਂ ਹੈ। ਹਾਂਜੀ, ਭੋਗ ਮੈਂ ਜੋਗ ਨਾ ਸੋਗ ਕਰੋ ਹਰ ਖੋ ਨਹੀਂ ਨੀਰ ਜਿਉਂ ਕੰਜ ਰਹਾਈ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਕਹਿੰਦੇ ਭੋਗ ਮੈਂ ਜੋਗ ਨਾ ਸੋਗ ਕਰੋ। ਮਹਾਰਾਜ ਕਹਿੰਦੇ ਹੈ, ਉਹ ਕਹਿੰਦਾ ਤੂੰ ਭੋਗੀ ਹੈ ਕਿ ਜੋਗੀ ਹੈ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਭੋਗਾਂ ਵਿੱਚ ਜੋਗੀ ਹਾਂ। ਗੱਲ ਕੇ ਆਖੋ ਵਾਹਿਗੁਰੂ। ਭੋਗਾਂ ਵਿੱਚ ਜੋਗੀ ਹੋਣਾ ਬੜਾ ਔਖਾ ਕੰਮ ਹੈ। ਇਹ ਗੱਲਾਂ ਨਾ ਔਖੀਆਂ ਨੇ, ਸਾਖੀ ਛੇਤੀ ਸਮਝ ਆਉਂਦੀ ਹੈ, ਇਹ ਗੱਲਾਂ ਨੂੰ ਸਮਝਣ ਲੱਗਿਆਂ ਸਮਾਂ ਲੱਗਦਾ। ਭੋਗ ਕੀ ਹੈ ਦੁਬਾਰਾ ਸਮਝਿਓ ਗੱਲ ਨੂੰ, ਭੋਗ ਕਿਹਨੂੰ ਕਹਿੰਦੇ? ਭੋਗ ਕਹਿੰਦੇ ਸੰਸਾਰਕ ਪਦਾਰਥਾਂ ਦਾ ਆਨੰਦ ਲੈਣਾ, ਇਹਨੂੰ ਕਹਿੰਦੇ ਭੋਗ। ਨਮੋ ਜੋਗ ਜੋਗੇ ਨਮੋ ਭੋਗ ਭੋਗੇ। ਪਰਮੇਸ਼ੁਰ ਜੋਗੀਆਂ ਦਾ ਜੋਗੀ ਵੀ ਹੈ ਅਤੇ ਪਰਮੇਸ਼ੁਰ ਭੋਗੀਆਂ ਦਾ ਭੋਗੀ ਵੀ ਹੈ। ਉਹ ਗੱਲ ਹੀ ਮਹਾਰਾਜ ਕਰਨ ਦੇ। ਮਹਾਰਾਜ ਕਹਿੰਦੇ ਆ ਮੈਂ ਜੋਗੀ ਵੀ ਹਾਂ ਮੈਂ ਭੋਗੀ ਵੀ ਹਾਂ। ਕਹਿੰਦੇ ਜੀ ਕਿਵੇਂ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਦੁਨੀਆਂ ਦੇ ਪਦਾਰਥਾਂ ਦੇ ਵਿੱਚ ਰਹਿ ਕੇ ਦੁਨੀਆਂ ਦੇ ਪਦਾਰਥ ਇਸਤੇਮਾਲ ਕਰਦਿਆਂ ਵੀ ਧਿਆਨ ਪਰਮਾਤਮਾ ਨਾਲ ਜੋੜ ਕੇ ਰੱਖੀਦਾ ਹੈ। ਸਿੱਖ ਭੋਗੀ ਹੁੰਦਾ ਹੋਇਆ ਵੀ ਜੋਗੀ ਹੈ। ਉਹ ਕਿਵੇਂ? ਗੱਲ ਨੂੰ ਫਿਰ ਸਮਝਿਓ ਪਿਆਰਿਓ। ਤੁਹਾਡੇ ਕੋਲ ਗੱਡੀ ਹੈ ਅਤੇ ਹੁਣ ਗੱਡੀ ਨੂੰ ਇਸਤੇਮਾਲ ਕਰਦਿਆਂ ਰਸਤੇ ਵਿੱਚ ਬਾਣੀ ਸੁਣੋ ਅਤੇ ਧਿਆਨ ਵਾਹਿਗੁਰੂ ਵਿੱਚ ਜੋੜੋ, ਨਾਲੇ ਭੋਗੀ ਨਾਲੇ ਜੋਗੀ, ਨਾਲੇ ਪਦਾਰਥਾਂ ਦਾ ਇਸਤੇਮਾਲ ਕਰ ਰਹੇ ਹੋ ਨਾਲੇ ਤੁਸੀਂ ਜੋਗੀ ਹੋ। ਪਰ ਦੂਜੇ ਪਾਸੇ ਇੰਝ ਨਹੀਂ ਹੁੰਦਾ। ਜਿਹੜੇ ਸਿੱਧ ਹੈ ਉਹ ਕਹਿੰਦੇ ਆ ਨਾਮ ਜਪਣਾ, ਸੰਸਾਰਕ ਪਦਾਰਥ ਨਹੀਂ ਵਰਤਣੇ। ਮਹਾਰਾਜ ਕਹਿੰਦੇ ਅਸੀਂ ਭੋਗੀ ਵੀ ਹਾਂ ਅਸੀਂ ਜੋਗੀ ਵੀ ਹਾਂ। ਹਾਂਜੀ। ਜੰਜਾਰ ਓੰਕਾਰ ਪ੍ਰਕਾਸ਼ ਮਿਟੇ ਗੁਰ ਕੋ ਮਿਲ ਉਜਲ ਬੁੱਧ ਸੁਹਾਈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਸਾਡੇ ਤੇ ਹਰਖ ਸੋਗ ਦਾ ਅਸਰ ਨਹੀਂ ਹੈ। ਗ੍ਰਸਤੀ ਵਿੱਚ ਰਹਿੰਦਿਆਂ ਸਾਧ ਸੰਗਤ ਜੀ ਸੋਗ ਆ ਜਾਂਦਾ, ਗ੍ਰਸਤੀ 'ਚ ਰਹਿੰਦਿਆਂ ਹਰਖ ਵੀ ਆ ਜਾਂਦਾ, ਪਰ ਜਿਹਦੇ ਕੋਲ ਜੋਗ ਹੈ ਉਹਦੇ ਕੋਲ ਸੋਗ ਅਤੇ ਹਰਖ ਨਹੀਂ ਹੈ। ਉਹਦੇ ਕੋਲ ਕੀ ਹੈ? ਉਹਦੇ ਕੋਲ ਆਨੰਦ ਹੈ। ਮਹਾਰਾਜ ਕਹਿੰਦੇ ਜੰਜਾਰ ਓਂਕਾਰ ਪ੍ਰਕਾਸ਼ ਮਿਟੇ। ਪਰਮੇਸ਼ੁਰ ਦੀ ਕਿਰਪਾ ਨਾਲ ਜੰਜਾਲ ਜਿਹੜੇ ਹੈ ਉਹ ਸਾਡੇ ਮਿਟ ਗਏ ਹੈ। ਗੁਰ ਕੋ ਮਿਲ ਉਜਲ ਬੁੱਧ ਸੁਹਾਈ। ਗੁਰੂ ਨੂੰ ਮਿਲ ਕੇ ਸਾਡੀ ਬੁੱਧੀ ਸੱਚੇ ਪਾਤਸ਼ਾਹ ਕਹਿੰਦੇ ਉਜਲ ਹੋ ਗਈ ਹੈ। ਹਾਂਜੀ। ਗੋਰਖ ਤੋਂ ਸੰਗ ਉਹ ਸਭ ਹੀ ਸਿੱਧ ਦੇਵ ਹੋਗੇ ਉਪਦੇਸ਼ ਬਣਾਏ। ਤੇ ਗੋਰਖਨਾਥ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਜੀ ਦੇ ਸਾਹਮਣੇ ਹੈ ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਇਸੇ ਕਰਕੇ ਤੁਹਾਨੂੰ ਕਹਿਣ ਨਹੀਂ ਆ ਵੀ ਸਾਡੇ ਕੋਲ ਆ ਜਾਓ, ਤੁਸੀਂ ਸਾਡੇ ਕੋਲ ਆ ਜਾਓ, ਤੁਹਾਨੂੰ ਸ੍ਰੇਸ਼ਟ ਬੁੱਧੀ ਦਈਏ, ਤੁਹਾਡੀ ਬੁੱਧੀ ਅੰਦਰ ਵੀ ਪ੍ਰਕਾਸ਼ ਹੋ ਜਾਏ। ਹਾਂਜੀ। ਦੋਹਰਾ ਪੁੰਨ ਗੋਰਖ ਸਮਝੀ ਹਿਰਦੇ ਅਧਿਕ ਬਿਭੂਤ ਦਿਖਾਏ। ਫਿਰ ਗੋਰਖਨਾਥ ਨੇ ਆਪਣੇ ਹਿਰਦੇ ਵਿੱਚ ਸਮਝ ਕੇ ਵੀ ਕੋਈ ਨਾ ਕੋਈ ਮੈਂ ਹੁਣ ਨਵਾਂ ਸਵਾਂਗ ਰਚਾਂ, ਉਹਨੇ ਆਪਣੇ ਸਰੀਰ 'ਤੇ ਬੜੀ ਸਵਾਹ ਮੱਲ ਲਈ ਜੀ। ਹਾਂਜੀ। ਆਨੋ ਨਿਜ ਮਾਰਗ ਵਿਖੇ ਮਨ ਹੈ ਮਨ ਹੈ ਲੁਭਾਏ। ਕਹਿਣ ਲੱਗਾ ਮੈਂ ਕਿਸੇ ਤਰੀਕੇ ਨਾਲ ਮਹਾਰਾਜ ਨੂੰ ਆਪਣੇ ਪੰਥ 'ਚ ਲੈ ਆਵਾਂ, ਸਾਡੀ ਬੜੀ ਜੈ ਜੈਕਾਰ ਹੋਣੀ ਹੈ। ਹਾਂਜੀ। ਖੱਪਰ ਦਿੱਤਾ ਨਾਥ ਨੇ ਬਾਲੇ ਤਾਲ ਬਲੋਕ। ਅਤੇ ਗੋਰਖਨਾਥ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਖੱਪਰ ਦਿੱਤਾ, ਠੂਠਾ ਦਿੱਤਾ। ਕਹਿੰਦੇ ਹੇ ਬਾਲਕੇ ਉਹ ਸਰੋਵਰ ਵੇਖੋ, ਸਾਹਮਣੇ ਸਰੋਵਰ ਹੈ ਉਸ ਪਾਸੇ। ਹਾਂਜੀ। ਪਾਣੀ ਆਨੋ ਤਹਾਂ ਤੇ ਹੂਜੇ ਸਦਾ ਅਸ਼ੋਕ। ਉੱਥੋਂ ਜਾਓ ਅਤੇ ਪਾਣੀ ਲੈ ਕੇ ਆਓ, ਉਹ ਪਾਣੀ ਛੱਕ ਕੇ ਮੈਂ ਅਸ਼ੋਕ ਹੋ ਜਾਵਾਂਗਾ, ਤੁਸੀਂ ਵੀ ਛਕਿਓ। ਹਾਂਜੀ। ਲੇਕਰ ਗਮਨੇ ਤਾਲ ਢਿੱਗ ਮਾਣਕ ਲਾਲ। ਅਤੇ ਮਹਾਰਾਜ ਸੱਚੇ ਪਾਤਸ਼ਾਹ ਉੱਠੇ ਤੇ ਸਤਿਗੁਰਾਂ ਨੇ ਖੱਪਰ ਫੜਿਆ ਤੇ ਮਹਾਰਾਜ ਤੁਰ ਪਏ। ਗੱਜ ਕੇ ਆਖੋ ਵਾਹਿਗੁਰੂ। ਜਦੋਂ ਮਹਾਰਾਜ ਗਰੀਬ ਨਿਵਾਜ ਤੁਰੇ ਤੇ ਜਦੋਂ ਜਾ ਕੇ ਉਸ ਤਾਲ ਵੱਲ ਸਰੋਵਰ ਵਿੱਚ ਵੇਖਿਆ, ਉਸ ਸਰੋਵਰ 'ਚ ਪਾਣੀ ਹੈ ਹੀ ਨਹੀਂ ਸੀਗਾ ਜੀ, ਬੜੇ ਸ਼ਰਾਰਤੀ ਸੀਗੇ ਜੀ, ਪਾਣੀ ਨਹੀਂ ਸੀ ਹੈਗਾ। ਉਹ ਤੇ ਰਤਨਾਂ ਦਾ ਭਰਿਆ ਸੀ, ਲਾਲਾਂ ਦਾ ਭਰਿਆ ਸੀ, ਹੀਰਿਆਂ ਦਾ ਭਰਿਆ ਸੀ ਸਰੋਵਰ। ਹਾਂਜੀ। ਪੂਰਨ ਸਰ ਅਵਲੋਕ ਕੈ ਠਾਂਡੇ ਰਹੇ ਕਿਰਪਾ। ਇਹ ਉਹਨੇ ਆਪਣੀ ਮਾਇਆ ਨਾ ਵਿਖਾਇਆ, ਮਾਇਆ ਨਾ ਵਿਖਾਇਆ, ਨਹੀਂ ਤੇ ਤੁਸੀਂ ਮੈਨੂੰ ਕਹੋ ਕਿ ਵੀ 10 ਡਰੈਸ ਅਸੀਂ ਚੱਲੀ ਗਏ ਜਿੱਥੇ ਸਰੋਵਰ 'ਚ ਹੀਰੇ ਜਾ ਕੇ ਲੈ ਕੇ ਆਈਏ। ਇਹ ਸਿੱਧਾ ਨੇ ਆਪਣੀ ਮਾਇਆ ਨਾਲ ਸਰੋਵਰ ਰਚ ਦਿੱਤਾ ਸੀਗਾ, ਮਾਇਆ ਨਾਲ ਬੜਾ ਕੁਝ ਕਰ ਲੈਂਦੇ ਜੀ ਉਹ। ਪੂਰਨ ਸਰ ਅਵਲੋਕ ਕੈ ਠਾਂਡੇ ਰਹੇ ਕਿਰਪਾਲ, ਮਹਾਰਾਜ ਵੇਖ ਕੇ ਖਲੋਤੇ ਰਹੇ ਉੱਥੇ। ਹਾਂਜੀ। ਜਗਮਗ ਜਗਮਗ ਕਰਤ ਹੈ ਤਹਾਂ ਜਵਾਹਰ ਪੂਰ। ਜਗਮਗ ਜਗਮਗ ਸਾਰਾ ਸਰੋਵਰ ਕਰ ਰਿਹਾ, ਸੱਚੇ ਪਾਤਸ਼ਾਹ ਵੇਖ ਰਹੇ ਹਨ। ਗੋਰਖ ਕੋ ਛਲ ਜਾਣ ਕੈ ਹਟ ਆਏ ਜਗ ਮੂਰ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਜਾਣਗੇ ਵੀ ਗੋਰਖਨਾਥ ਸਾਡੇ ਨਾਲ ਛਲ ਕਰ ਰਿਹਾ ਹੈ।
ਸਾਡੇ ਨਾਲ ਛਲ ਕਰ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਵਾਪਸ ਆ ਗਏ। ਕੁਝ ਵਿਦਵਾਨ ਇਹ ਵੀ ਕਹਿੰਦੇ ਆ ਵੀ ਸੱਚੇ ਪਾਤਸ਼ਾਹ ਨੇ ਉੱਥੇ ਪਾਣੀ ਪ੍ਰਗਟ ਕਰਕੇ ਉਹਨਾਂ ਨੂੰ ਪਾਣੀ ਦੇ ਦਿੱਤਾ ਸੀਗਾ। ਹਾਂਜੀ, ਕਹੇ ਉਹ ਆਨਤ ਹੈ ਨੀਰਨ ਹੈ ਖਪਰ ਲਿਹੋ ਸਮਾਨ। ਮਹਾਰਾਜ ਉਹਨਾਂ ਨੂੰ ਕਹਿੰਦੇ, ਮਾਂ ਕਹਿੰਦੇ ਉੱਥੇ ਨਹੀਂ ਪਾਣੀ ਹੈਗਾ, ਇਹ ਤਾਂ ਤੁਸੀਂ ਝੂਠ ਆਖਿਆ, ਆ ਲਓ ਆਪਣਾ ਖੱਪਰ। ਹਾਂਜੀ, ਬੈਠੇ ਬਹੁਰ ਸਮੀਪ ਹੋਵੇ ਸ਼੍ਰੀ ਗੁਰ ਦੀਨ ਦਿਆਲ। ਤੇ ਫਿਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਚੁੱਪ ਹੋ ਕੇ ਲਾਗੇ ਬੈਠ ਗਏ। ਹਾਂਜੀ, ਦੋਹਰਾ ਮਨ ਮੁਖਕ ਬਿਲ ਬਾਸਨਾ ਪਕਰੈ ਕੌਣ ਉਪਾਏ। ਹਾਂਜੀ, ਪਾਰਦ ਸ਼੍ਰੀ ਗੁਰ ਪ੍ਰੇਮ ਪੱਗ ਪਾਵ ਹੋਵੇ ਥਿਰਥਾਏ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਲਾਗੇ ਬੈਠੇ ਹੈ। ਅੱਗੋਂ ਭਾਈ ਸੰਤੋਖ ਸਿੰਘ ਦੀ ਅਧਿਆਇ ਸ਼ੁਰੂ ਕਰਦੇ, ਪੜ੍ਹੋ ਜੀ। ਪਚਹਾਰੇ ਸਭ ਹੀ ਜਬੈ ਕਿਹ ਬਿਦ ਜੀਤ ਨਾ ਪਾਏ। ਕਹਿੰਦੇ ਸਾਰੇ ਸਿੱਧ ਨਾ ਗੱਲਾਂ ਕਰਾ ਕਰਾ ਕੇ ਹਾਰ ਗਏ, ਪਰ ਮਹਾਰਾਜ ਨੂੰ ਜਿੱਤ ਨਹੀਂ ਸਕੇ ਜੀ। ਹਾਂਜੀ, ਗੋਰਖ ਚਿੰਤਾ ਤੁਰ ਭਇਓ ਹੋਵਤ ਬਾਧੂ ਪਾਏ। ਗੋਰਖਨਾਥ ਬੜੀ ਚਿੰਤਾ ਵਿੱਚ ਹੈ ਵੀ ਸਾਰੇ ਯਤਨ ਵਿਅਰਥ, ਇੱਕ ਵੀ ਯਤਨ ਨਹੀਂ ਚੱਲਿਆ ਸੀ, ਇਹਨਾਂ ਨੂੰ ਆਪਣੇ ਧਰਮ ਵਿੱਚ ਨਹੀਂ ਲਿਆ ਸਕੇ। ਹਾਂਜੀ, ਚੌਪਈ ਬਹੁਰੋ ਸਰਬ ਸਿੱਧ ਮਿਲ ਆਏ। ਬਾਅਦ ਚੋਂ ਫਿਰ ਸਾਰੇ ਸਿੱਧ ਮਿਲ ਕੇ ਇਕੱਠੇ ਹੋ ਕੇ ਉੱਥੇ ਆ ਗਏ, ਜਿਹੜੇ ਇੱਧਰ ਉੱਧਰ ਖਿਲ ਰਹੇ ਸਨ। ਹਾਂਜੀ, ਜੇ ਸ਼ਕਤ ਨ ਜੁੱਤ ਹੁਤੇ ਪਲਾਏ। ਜਿਹੜੇ ਸ਼ਕਤੀਆਂ ਵਾਲੇ ਸੀਗੇ ਜਿਹਨਾਂ ਵਿਖਾਈਆਂ ਸੀ, ਕੁਝ ਭੱਜ ਵੀ ਗਏ ਜੀ ਉੱਥੋਂ। ਹਾਂਜੀ, ਗੋਰਖ ਜਹ ਬੇਦੀ ਕੁਲ ਦੀਪਾ। ਪਰ ਗੋਰਖਨਾਥ ਉੱਥੇ ਬੈਠਾ ਰਿਹਾ ਜਿੱਥੇ ਸੱਚੇ ਪਾਤਸ਼ਾਹ ਬੈਠੇ ਹੋਏ ਹੈ। ਹਾਂਜੀ, ਵੈਸੇ ਸਭ ਤਾਂ ਹੈ ਹੋਏ ਸਮੀਪਾ। ਕੁਝ ਹੋਰ ਸਿੱਧ ਕਈ ਤੇ ਭੱਜ ਭੁੱਜ ਗਏ ਜੀ, ਕਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨੇੜੇ ਬੈਠ ਗਏ। ਹਾਂਜੀ, ਕਿਤਕ ਦੇਰ ਤੂਸ਼ਣ ਹੀ ਰਹੇ। ਕੁਝ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਚੁੱਪ ਕਰਕੇ ਬੈਠੇ ਰਹੇ, ਸੱਜੇ ਰਹੇ। ਹਾਂਜੀ, ਪੁੰਨ ਵਿਚਾਰ ਗੋਰਖ ਬਚ ਕਹੇ। ਗੋਰਖ ਕਹਿੰਦਾ ਵੀ ਗੱਲ ਛੇੜੀਏ ਕੋਈ, ਤੇ ਗੋਰਖਨਾਥ ਵਿਚਾਰ ਕਰਕੇ ਸੱਚੇ ਪਾਤਸ਼ਾਹ ਜੀ ਨੂੰ ਇੰਜ ਕਹਿਣ ਲੱਗਾ। ਮਨਹੁ ਮਨ ਮੈਂ ਬਾਨੀ ਮੋਰੀ, ਹਾਂਜੀ, ਸੁਨਹੁ ਕਾਨ ਦੇ ਕਹੋ ਬਹੋਰੀ। ਗੱਜ ਕੇ ਆਖੋ ਵਾਹਿਗੁਰੂ। ਕਹਿਣ ਲੱਗਾ ਮੇਰੀ ਗੱਲ ਧਿਆਨ ਨਾ ਸੁਣੋ ਤੇ ਮਨੋ ਵੀ ਕਹਿੰਦਾ, ਤਰਲਿਆਂ ਤੇ ਆਉਣ ਲੱਗੇ ਜੀਏ। ਹਾਂਜੀ, ਸਭ ਸਿੱਧਨ ਕੋ ਅਧਪਤ ਬਣੀਏ। ਕਹਿਣ ਲੱਗਾ ਮੇਰੇ ਵੱਲੋਂ ਤੁਸੀਂ ਸਾਡੇ ਸਾਰੇ ਸਿੱਧਾਂ ਦੇ ਰਾਜੇ ਬਣ ਜਾਓ। ਪਰ ਉਹਨੂੰ ਇਹ ਸੀ ਵੀ ਬਣਨ ਸਿੱਧ ਹੀ, ਸਿੱਧਾਂ ਦੇ ਗੁਰੂ ਬਣ ਜਾਓ। ਹਾਂਜੀ, ਸਭ ਪਰ ਨਿਜ ਆਯਸ ਕੋ ਭਨੀਏ। ਮੈਂ ਤੁਹਾਨੂੰ ਕਹਿ ਰਿਹਾ, ਮੈਂ ਆਪਣਾ ਗੁਰੂ ਪਦ ਛੱਡਿਆ ਅਤੇ ਮੈਂ ਵੀ ਤੁਹਾਡੇ ਅਧੀਨ ਚੱਲਾਂਗਾ ਅਤੇ ਤੁਸੀਂ ਸਾਡੇ ਮਾਲਕ ਬਣ ਜਾਓ ਅਤੇ ਸਾਡੇ 'ਤੇ ਹੁਕਮ ਕਰਿਆ ਕਰੋ। ਹਾਂਜੀ, ਮੁੰਦਾ ਪਹਿਰੋ ਝੋਲੀ ਲੀਜਾ। ਬਸ ਕੰਨਾਂ 'ਚ ਮੁੰਦਰਾਂ ਪਾਓ, ਝੋਲੀ ਨਾਲ ਲਓ। ਹਾਂਜੀ, ਅੰਗ ਵਿਭੂਤ ਮਲਨ ਕੋ ਕੀਜਾ। ਅਤੇ ਵਿਭੂਤੀ ਆਪਣੇ ਅੰਗਾਂ 'ਤੇ ਮਲ ਲਓ, ਭੇਖ ਸਾਡਾ ਧਾਰਨ ਕਰ ਲਓ, ਬਣ ਸਾਡੇ ਮਾਲਕ ਜਾਓ। ਆ ਵੇਖ ਲਓ, ਇਹ ਤਾਂ ਤਰਲਿਆਂ 'ਤੇ ਹੀ ਆ ਗਈ ਜੀ ਗੱਲ ਜੀ। ਹਾਂਜੀ, ਖਿੰਥਾ ਆਪਣੀ ਦੇਹੋ ਹੰਡਾਵੋ। ਅਤੇ ਆਪਣੀ ਜਿਹੜੀ ਖਿੰਥਾ ਹੈ, ਇਹ ਆਪਣਾ ਸਰੀਰ 'ਤੇ ਖਿੰਥਾ ਧਾਰਨ ਕਰ ਲਓ, ਆਪਣੇ ਸਰੀਰ 'ਤੇ ਖਿੰਥਾ ਪਾ ਲਓ, ਉਹ ਵੱਡਾ ਚੋਲਾ ਜਿਹੜਾ ਪਾਉਂਦੇ ਹੋਣਗੇ। ਹਾਂਜੀ, ਸਿੱਧ ਜਮਾਤੀ ਮੈਂ ਅਬ ਆਵੋ। ਅਤੇ ਸਿੱਧ ਜਮਾਤ ਵਿੱਚ ਆ ਜਾਓ, ਸਿੱਧ ਬਣ ਜਾਓ। ਹਾਂਜੀ, ਲਿਹੋ ਭੰਡਾਰਾ ਹਮ ਤੇ ਖਾਵੋ। ਸਾਡੇ ਕੋਲੋਂ ਭੰਡਾਰਾ ਲੈ ਕੇ ਖਾਓ, ਅਸੀਂ ਤੁਹਾਡੀ ਸੇਵਾ ਕਰਿਆ ਕਰਾਂਗੇ ਰੋਜ਼। ਹਾਂਜੀ, ਸਿੰਘੀ ਮੁੱਖ ਤੇ ਨਾਦ ਵਜਾਓ। ਆਪਣੇ ਮੁੱਖ ਤੋਂ ਸਿੰਘੀ ਨਾਦ ਵਜਾਓ ਅਤੇ ਸਾਡੇ ਗੁਰੂ ਬਣੋ, ਸਾਡੇ ਮੁਖੀ ਬਣ ਜਾਓ। ਹਾਂਜੀ, ਦੋਹਰਾ ਹੱਥ ਵਿਖੇ ਡੰਡਾ ਗਹੋ ਕਰ ਸਿੱਧਨ ਪ੍ਰਤੀਤ। ਹੱਥ ਵਿੱਚ ਡੰਡਾ ਫੜ ਲਓ ਤੇ ਸਿੱਧਾਂ ਦੇ ਉੱਤੇ ਨਿਸ਼ਚਾ ਕਰ ਲਓ, ਇਹ ਸਾਰੇ ਹੀ ਤੁਹਾਡੇ ਨੇ ਅੱਜ ਤੋਂ ਬਾਅਦ। ਹਾਂਜੀ, ਮਹਾਂ ਸ਼ਕਤ ਕੋ ਪਾਏ ਹੋ ਜੋ ਸਗਲਾ ਜਗ ਜੀਤ। ਮਹਾਨ ਸ਼ਕਤੀ ਨੂੰ ਪ੍ਰਾਪਤ ਕਰੋ, ਸਾਰਾ ਜਗ ਜਿੱਤ ਜਾਓਗੇ। ਚੌਪਈ ਮਿਲ ਆਦੇਸ਼ ਕਹੋ ਆਦੇਸੋ। ਤੇ ਜਦੋਂ ਆਪਸ ਵਿੱਚ ਮਿਲਦੇ ਹੁੰਦੇ ਤੇ ਆਦੇਸ਼ ਆਦੇਸ਼ ਆਖਿਆ ਕਰੋ, ਗੱਜ ਕੇ ਆਖੋ ਵਾਹ। ਜਿਵੇਂ ਆਪਾਂ ਦੀ ਪਛਾਣ ਹੈ ਵੀ ਗੁਰੂ ਕੇ ਸਿੱਖ ਮਿਲਦੇ ਹੈ, ਫਤਿਹ ਬੁਲਾਉਂਦੇ ਹੈ ਨਾ, ਉਹ ਕਹਿੰਦੇ ਆਪਸ 'ਚ ਮਿਲਦੇ ਹੁੰਦੇ ਤੇ ਆਦੇਸ਼ ਆਦੇਸ਼ ਆਖਿਆ ਕਰੋ। ਹਾਂਜੀ, ਨਾਥ ਨਾਮ ਹੋਏ ਜੁਗ ਜੁਗ ਬੈਸੋ। ਤੇ ਆਪਣਾ ਨਾਮ ਨਾਨਕ ਨਾਥ ਰੱਖ ਲਓ, ਗੱਜ ਕੇ ਆਖੋ ਵਾਹਿਗੁਰੂ। ਨਾਨਕ ਨਾਥ ਰੱਖ ਲਓ ਤੇ ਜੁਗਾਂ ਜੁਗਾਂ ਤੱਕ ਜਿਉਂਦੇ ਰਹੋਗੇ। ਹਾਂਜੀ, ਜੋਗ ਸੰਜੋਗੀ ਮਹਿ ਸੁਖ ਪਾਵਹੋ। ਜੋਗੀਆਂ ਦੇ ਇਕੱਠ ਵਿੱਚ ਬੜਾ ਵੱਡਾ ਤੁਹਾਨੂੰ ਸੁੱਖ ਮਿਲੇਗਾ। ਹਾਂਜੀ, ਇੱਕ ਮਾਈ ਕੇ ਪੂਤ ਕਹਾਵੋ। ਤੇ ਇੱਕ ਮਾਈ ਦੇ ਪੁੱਤਰ ਕਹਾਵੋਗੇ ਤੁਸੀਂ। ਹਾਂਜੀ,
ਜੋਗ ਜੁਗਤ ਕੇ ਚੇਲੇ ਮਾਨੀ, ਜੋਗ ਜੁਗਤੀ ਦੇ ਚੇਲੇ ਮੰਨੇ ਜਾਂਦੇ ਨੇ ਉਹਦੇ ਦੋ। ਹਾਂਜੀ, ਸਭ ਦੇਵਾਨ ਤੁਮ ਸੇਵਕ ਥਾਨੀ, ਸਭ ਸੇਵਾਵਾਂ ਦੇ ਮੁਖੀ ਜਿਹੜੇ ਉਹ ਤੁਹਾਡੇ ਸੇਵਕ ਬਣਨਗੇ, ਭਾਵ ਲਾਲਚ ਦੇ ਰਿਹਾ ਵੀ ਮਹਾਰਾਜ ਸਾਡੇ ਪੰਥ ਵਿੱਚ ਆ ਜਾਣ। ਜਿਵੇਂ ਅੱਜ ਦਿੰਦੇ ਆ ਸਿੱਖੀ ਛੱਡ ਦਿਓ ਨੌਕਰੀ ਮਿਲ ਜਾਏਗੀ, ਚੰਗੀ ਤੁਹਾਨੂੰ ਨੌਕਰੀ ਮਿਲੇਗੀ, ਪੈਸੇ ਮਿਲਣਗੇ, ਪੜ੍ਹਾਈ ਮਿਲੇਗੀ, ਇਹ ਸਹੂਲਤਾਂ ਮਿਲਣਗੀਆਂ। ਪਰ ਐਸੇ ਸਿੱਖ ਵੀ ਹਨ ਜਿਹੜੇ ਕਹਿੰਦੇ ਹਨ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ, ਸਿੱਧਕ ਨਾ ਜਾਵੇ। ਹਾਂਜੀ, ਤੁਮ ਤੇ ਉੱਪਰ ਹੋਏ ਨਾ ਆਨਾ, ਤੁਹਾਡੇ ਤੋਂ ਉੱਤੇ ਨਹੀਂ ਕੋਈ ਹੋਏਗਾ, ਗੋਰਖ ਨਾਥ ਕਹਿੰਦਾ ਮੈਂ ਪੱਕਾ ਕਹਿੰਦਾ। ਹਾਂਜੀ, ਸਭ ਮਹਿ ਬੈਸਹੋ ਹੋਵੇ ਪ੍ਰਧਾਨ, ਸਾਰਿਆਂ ਵਿੱਚ ਜਿੱਥੇ ਤੁਸੀਂ ਜਾਓਗੇ ਤੁਸੀਂ ਪ੍ਰਧਾਨ ਹੋਵੋਗੇ, ਤੁਸੀਂ ਮੁਖੀ ਹੋਵੋਗੇ। ਹਾਂਜੀ, ਦੋਹਰਾ ਲੋਏ ਲੋਏ ਆਸਨ ਕਰੋ ਸਰਬ ਕਰਾਏ ਭੰਡਾਰ, ਤੇ ਸਾਰੇ ਲੋਕਾਂ ਵਿੱਚ ਆਸਣ ਕਰੋ, ਸਾਰੇ ਕਿਤੇ ਤੁਹਾਡਾ ਹੀ ਭੰਡਾਰਾ ਚੱਲੇਗਾ। ਹੁਕਮ ਮਨਾਵੋ ਜਹਾਂ ਤਹਿ ਅਸ ਬਿਦ ਕੀਜੈ ਕਾਰ, ਜਿੱਥੇ ਕਿੱਥੇ ਹੁਕਮ ਮਨਾਓ ਮੇਰੀ ਗੱਲ ਮੰਨੋ ਇਹ ਕੰਮ ਕਰ ਲਵੋ। ਸੋਰਠਾ ਸੁਨ ਗੁਰ ਗਿਰਾ ਅਲਾਏ ਕਰਨੋ ਕਰਿਓ ਨਾ ਹਮੇ ਕਛ, ਮਹਾਰਾਜ ਕਹਿੰਦੇ ਅਸੀਂ ਕੁਝ ਵੀ ਨਹੀਂ ਕਰਨਾ, ਗੱਜ ਕੇ ਆਖੋ ਵਾਹਿਗੁਰੂ। ਵੇਖ ਲਓ ਕਿੰਨਾ ਕੁਝ ਬੋਲਦੇ ਰਹੇ ਜੀ, ਇੱਕ ਹੀ ਬਚਨ ਕਿਹਾ, ਮਹਾਰਾਜ ਕਹਿੰਦੇ ਅਸੀਂ ਕੁਝ ਵੀ ਨਹੀਂ ਕਰਨਾ। ਹਾਂਜੀ, ਪੂਰਬ ਬਣਿਓ ਬਣਾਏ ਅਬ ਨਵੀਨ ਕ੍ਰਿਤ ਕਿਆ ਕਰਹਿ, ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮਹਾਰਾਜ ਕਹਿੰਦੇ ਅਸੀਂ ਪਹਿਲਾਂ ਹੀ ਸਾਰਾ ਕੁਝ ਪਾਇਆ ਹੋਇਆ, ਨਵੇਂ ਸਿਰਿਓਂ ਕੰਨ ਪਾੜਨੇ ਹੈ, ਉਹ ਖਿੰਥਾ ਪਾਉਣੀ ਹੈ, ਡੰਡਾ ਫੜਨਾ ਹੈ, ਝੋੜੀ ਲੈਣੀ ਹੈ, ਅਸੀਂ ਪਹਿਲਾਂ ਹੀ ਸਾਰਾ ਕੰਮ ਕੀਤਾ ਹੈ। ਹਾਂਜੀ, ਸ਼੍ਰੀ ਮੁਖ ਵਾਕ ਮੁੰਦਾ ਸੰਤੋਖ ਸਰਮ ਪਤ ਝੋੜੀ, ਇਹ ਤੇ ਤੁਹਾਨੂੰ ਆਉਂਦਾ ਹੀ ਹੈ ਸਾਰਿਆਂ ਨੂੰ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਪੰਕਤੀ ਪੂਰੀ ਸੁਣ ਲਓ ਪਹਿਲਾਂ। ਹਾਂਜੀ, ਧਿਆਨ ਕੀ ਕਰਹਿ ਬੇਭੂਤ ਮੁੰਦਾ ਸੰਤੋਖ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਬੇਭੂਤ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਕੁਝ ਪਾਇਆ, ਕਹਿੰਦੇ ਕਿਵੇਂ ਪਾਇਆ, ਫਿਰ ਮਹਾਰਾਜ ਨੇ ਸ਼ਬਦ ਉਚਾਰਿਆ, ਮੁੰਦਾ ਸੰਤੋਖ ਸਰਮ ਪਤ ਝੋਲੀ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹੇ ਬੇਭੂਤ, ਧਿਆਨ ਕੀ ਕਰਹੇ ਬੇਭੂਤ। ਮਹਾਰਾਜ ਸੱਚੇ ਪਾਤਸ਼ਾਹ ਸਾਰੀਆਂ ਹੀ ਗੱਲਾਂ ਦੱਸ ਰਹੇ ਹਨ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਸਾਡੇ ਕੰਨਾਂ 'ਚ ਮੁੰਦਰਾਂ ਪਈਆਂ ਹੋਈਆਂ ਨੇ ਸੰਤੋਖ ਦੀਆਂ, ਮੁੰਦਰਾਂ ਸੰਤੋਖ ਦੀਆਂ ਨੇ, ਸ਼ਰਮ ਨੂੰ ਮੰਗਣ ਵਾਲਾ ਖੱਪੜ ਬਣਾਇਆ ਹੋਇਆ। ਸਰਮ ਪਤ ਝੋਲੀ, ਝੋਲੀ ਬਣਾਇਆ, ਧਿਆਨ ਕੀ ਕਰੇ ਵਿਭੂਤ, ਵਿਭੂਤੀ ਲਾਈ ਸਵਾਹ ਮਲੀ ਹੈ, ਕੀ ਪਰਮੇਸ਼ਰ 'ਚ ਧਿਆਨ ਲਾਇਆ, ਗੱਜ ਕੇ ਆਖੋ ਵਾਹਿਗੁਰੂ। ਇਹ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ, ਇਹ ਜਿਹੜੇ ਆ ਜਪਜੀ ਸਾਹਿਬ ਦੀਆਂ ਕਈ ਪੌੜੀਆਂ ਨੇ ਉਹ ਸਿੱਧਾਂ ਦੇ ਪ੍ਰਥਾਏ ਉਚਾਰੀਆਂ ਗਈਆਂ ਨੇ, ਕਈ ਉਹ ਸਵਾਲ ਪੁੱਛਦੇ ਆ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਮਹਾਰਾਜ ਉਹਨਾਂ ਨੂੰ ਦੱਸਦੇ ਆ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ। ਉਹ ਸੱਚੇ ਪਾਤਸ਼ਾਹ ਜੀ ਨੂੰ ਪੁੱਛਦੇ ਆ ਮੋਹ ਕਿਵ ਬੋਲਣ ਬੋਲੀਐ ਜਿੱਤ ਸੁਣ ਧਰੇ ਪਿਆਰ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ, ਸੱਚੇ ਪਾਤਸ਼ਾਹ ਕਹਿੰਦੇ ਆ ਮਿੱਠੀ ਬੋਲੀ ਬੋਲੋ, ਉਹ ਸਾਰੀ ਪਤਾ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ, ਆਖੇ ਮੰਗਹੇ ਦੇਹੇ ਦੇਹੇ ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਏ ਜਿੱਤ ਸੁਣ ਧਰੇ ਪਿਆਰ, ਕੀ ਅੱਗੇ ਰੱਖੀਏ ਸੁਣ ਕੇ ਪਿਆਰ ਕਰੇ, ਫੇਰ ਕੇ ਅੱਗੇ ਰੱਖੀਏ ਜਿੱਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਇਹਦੇ ਵਿੱਚ ਸਵਾਲ ਜਵਾਬ ਹਨ, ਬਹੁਤ ਥਾਵਾਂ 'ਤੇ ਸਵਾਲ ਜਵਾਬ ਇਸ ਬਾਣੀ ਵਿੱਚ ਕੀਤੇ ਗਏ ਹੈ, ਅਤੇ ਤਾਂਹੀਓ ਕਹਿੰਦੇ ਜਿਹਨੇ ਜਪਜੀ ਸਾਹਿਬ ਸਮਝ ਲਿਆ ਉਹਨੇ ਗੁਰਮਤ ਦਾ ਸਿਧਾਂਤ ਸਾਰਾ ਸਮਝ ਲਿਆ, ਉਹਨੇ ਸਿਧਾਂਤ ਸਮਝ ਲਿਆ। ਇਹਦੇ 'ਚੋਂ ਕਹਿੰਦੇ ਮੁੰਦਰਾਂ ਪਾਓ, ਮੁੰਦਰਾਂ ਕੀ ਹੈ, ਮਹਾਰਾਜ ਕਹਿੰਦੇ ਸੰਤੋਖ ਦੀਆਂ ਮੁੰਦਰਾਂ ਮੈਂ ਕੰਨ 'ਚ ਪਾਈਆਂ ਹੋਈਆਂ ਨੇ, ਸੰਤੋਖ ਨਹੀਂ ਹੈ, ਸਬਰ ਨਹੀਂ ਹੈ, ਕੰਨ ਪਾੜ ਕੇ ਐਡੀਆਂ ਐਡੀਆਂ ਮੋਟੀਆਂ ਮੁੰਦਰਾਂ ਪਾਈਆਂ ਕੋਈ ਫਾਇਦਾ ਨਹੀਂ ਹੈ,
ਸੋ ਮਹਾਰਾਜ ਅੱਗੋਂ ਜੋ ਕਹਿਣਗੇ ਨਾ ਉਹ ਆਪਾਂ ਸਾਧ ਸੰਗਤ ਜੀ ਅੱਗੋਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ, ਬਖਸ਼ਿਸ਼ ਕਰਨ। ਇਹ ਗੱਲਾਂ ਬੜੀਆਂ ਡੂੰਘੀਆਂ ਨੇ ਅਤੇ ਸਾਖੀ ਜਿਹੜੀ ਸਿੱਧੀ ਸਿੱਧੀ ਚੱਲੀ ਜਾਏ ਬੜਾ ਆਨੰਦ ਜਿਹਾ ਆਉਂਦਾ ਹੈ, ਪਰ ਜਦੋਂ ਇਹੋ ਜਿਹਾ ਗਿਆਨ ਆਉਂਦਾ ਹੈ ਨਾ ਫਿਰ ਇਹਨੂੰ ਹੌਲੀ ਹੌਲੀ ਸਹਿਜੇ ਸਹਿਜੇ ਸਮਝਣਾ ਚਾਹੀਦਾ ਹੈ। ਨਾਲੇ ਅਸੀਂ ਕਥਾ ਮੁਕਾਉਣੀ ਨਹੀਂ ਹੈ, ਇਹ ਕਥਾ ਨੂੰ ਸਹਿਜੇ ਸਹਿਜੇ ਕਰਨਾ ਹੈ। ਮਹਾਰਾਜ ਕਰਾ ਲੈਣ ਸੱਚੇ ਪਾਤਸ਼ਾਹ, ਸੋ ਗਰੀਬ ਨਿਵਾਜ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਦੋਵੇਂ ਹੱਥ ਜੋੜ ਕੇ ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।